ਸਤਿਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਨਾਲ ਗੁਰਬਾਣੀ ਯੂਨੀਵਰਸਲ ਚੈਨਲ ਦੇ ਉੱਤੇ ਸਵਾਮੀ ਸਤਪ੍ਰੀਤ ਹਰੀ ਜੀ ਸਾਡੇ ਨਾਲ ਨੇ। ਅਸੀਂ ਉਹਨਾਂ ਕੋਲੋਂ ਜਾਣਾਂਗੇ ਕਿ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਸ਼ੁਰੂ ਹੋਇਆ, ਕਿੱਥੇ ਉਹਨਾਂ ਦਾ ਜਨਮ ਹੋਇਆ, ਅਤੇ ਉਹਨਾਂ ਦੇ ਮਾਤਾ ਪਿਤਾ ਕੌਣ ਸਨ, ਉਹਨਾਂ ਦੇ ਗੁਰੂ ਜੀ ਉਸਤਾਦ ਜੀ ਕੌਣ ਸਨ, ਅਤੇ ਅੱਜ ਜਿਹੜੀ ਜਿਹੜੀਆਂ ਉਹਨਾਂ ਨੇ ਸ਼ਿਕਸ਼ਾ ਪ੍ਰਾਪਤ ਕੀਤੀਆਂ ਨੇ, ਉਹਨਾਂ ਸ਼ਿਕਸ਼ਾਵਾਂ ਦਾ ਪੂਰੀ ਦੁਨੀਆ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਉਪਯੋਗ ਕਰਦੇ ਪਏ ਨੇ। ਕੋਸ਼ਿਸ਼ ਕਰਾਂਗੇ, ਉਪਰਾਲਾ ਕਰਾਂਗੇ ਨਿੱਕਾ ਜਿਹਾ ਕਿ ਸਵਾਮੀ ਸਤਪ੍ਰੀਤ ਹਰੀ ਜੀ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਪਤਾ ਚੱਲ ਸਕੇ। ਸਵਾਮੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਮੀ ਜੀ, ਮੇਰੀ ਬੇਨਤੀ ਹੈ ਆਪ ਜੀ ਦੇ ਜਨਮ ਤੋਂ ਪਹਿਲੇ ਦੀ, ਜੋ ਆਪ ਜੀ ਨੇ ਮਾਤਾ ਪਿਤਾ ਨੇ ਆਪ ਜੀ ਨੂੰ ਦੱਸਿਆ ਸੀ ਕਿ ਆਪ ਜੀ ਦਾ ਜਨਮ ਕਿਨ ਹਾਲਾਤਾਂ ਦੇ ਵਿੱਚ ਹੋਇਆ ਸੀ, ਉਹ ਸਾਡੇ ਦਰਸ਼ਕਾਂ ਨੂੰ ਦੱਸਣ ਦੀ ਕਿਰਪਾ ਕਰੋ। ਹਾਂਜੀ, ਮੈਂ ਆਪਣੇ ਘਰ ਦੇ ਵਿੱਚ ਦੂਸਰੀ ਬੇਟੀ ਪੈਦਾ ਹੋਈ ਸੀ। ਔਰ ਜਦੋਂ ਮੇਰਾ ਜਨਮ ਹੋਇਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਲੜਕੀ ਦਾ ਜਨਮ ਹੋਣਾ ਥੋੜ੍ਹਾ ਜਿਹਾ ਲੜਕੇ ਨਾਲੋਂ ਘੱਟ ਸ਼ਗਨ ਵਾਲਾ ਮੰਨਿਆ ਜਾਂਦਾ ਹੈ, ਤਾਂ ਇਹਨਾਂ ਨੂੰ ਵੀ ਕੁਛ ਲੋਕਾਂ ਨੇ ਆਖਿਆ ਕਿ ਲੈ ਫਿਰ ਦੂਸਰੀ ਕੁੜੀ ਪੈਦਾ ਹੋ ਗਈ। ਪਰ ਮੇਰੇ ਮਾਤਾ ਜੀ ਨੇ ਆਖਿਆ ਕਿ ਨਹੀਂ, ਮੈਨੂੰ ਐਸਾ ਨਾ ਆਖਣਾ, ਤੁਸੀਂ ਦੇਖੋ ਤੇ ਸਹੀ ਇਹ ਕੌਣ ਆਈ ਹੈ। ਕਿਉਂਕਿ ਜਦੋਂ ਇਹ ਸਰੀਰ ਪੈਦਾ ਹੋਇਆ ਤਾਂ ਮੇਰੇ ਮੱਥੇ ਤੇ ਜੋਤ ਜਗ ਰਹੀ ਸੀ। ਉਹ ਕਹਿੰਦੇ ਨਾ, ਮੈਨੂੰ ਕੋਈ ਵੀ ਐਸਾ ਨਾ ਆਖਣਾ, ਇਹ ਦੂਸਰੀ ਬੇਟੀ ਪੈਦਾ ਹੋਈ ਹੈ, ਮੇਰੇ ਲਈ ਇਹ ਰੱਬ ਦਾ ਰੂਪ ਆਈ ਹੈ। ਕਿਉਂਕਿ ਮੇਰੇ ਬਚਪਨ ਤੋਂ ਹੀ ਮਾਤਾ ਪਿਤਾ ਦੇ ਕੁਛ ਸੰਸਕਾਰ ਐਸੇ ਸੀ। ਮੇਰੇ ਮਾਤਾ ਜੀ ਦਾ ਨਾਮ ਹੈ ਪੂਜਨੀਕ ਮਾਤਾ ਸੁਰਜੀਤ ਕੌਰ ਜੀ, ਔਰ ਪਿਤਾ ਜੀ ਦਾ ਨਾਮ ਹੈ ਸਰਦਾਰ ਰਣਜੀਤ ਸਿੰਘ ਜੀ। ਤਾਂ ਉਹਨਾਂ ਦੇ ਸੰਸਕਾਰ ਵੀ, ਮਾਤਾ ਪਿਤਾ ਦੇ ਸੰਸਕਾਰ ਵੀ ਅੱਗੋਂ ਦਾਦੀ ਦਾਦਾ ਔਰ ਨਾਨੀ ਨਾਨਾ ਵਿੱਚੋਂ ਆਏ। ਮੇਰੇ ਦਾਦਾ ਸਰਦਾਰ ਹੀਰਾ ਸਿੰਘ ਜੀ ਔਰ ਦਾਦੀ ਜੀ ਸਵਰਨ ਕੌਰ ਜੀ, ਇਹ ਵੀ ਧਾਰਮਿਕ ਵਿਚਾਰਾਂ ਦੇ ਸਨ। ਔਰ ਮੇਰੇ ਦਾਦੀ ਜੀ ਪਾਠ ਕਰਦੇ ਸਨ, ਨਿੱਕਾ ਪ੍ਰਤੀ ਗੁਰਦੁਆਰੇ ਅੰਦਰ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਉਹ ਮਾਈਕ ਦੇ ਵਿੱਚ ਰੋਜ਼ ਕਰਦੇ ਸਨ। ਸਾਰੇ ਬੜੀ ਖੁਸ਼ੀ ਨਾਲ ਸੁਣਦੇ ਸਨ। ਔਰ ਐਸਾ ਮੈਂ ਸੁਣਿਆ ਹੈ ਕਿ ਲੋਕ ਆਖਦੇ ਸਨ, ਬੀਬੀ ਸਵਰਨ ਕੌਰ ਜੀ ਜਦੋਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਨੇ ਤਾਂ ਉਹਨਾਂ ਦੇ ਮੂੰਹ ਵਿੱਚੋਂ ਫੁੱਲ ਖਿੱਚਦੇ। ਉਹਨਾਂ ਨੂੰ ਸੰਗਤ ਸੁਣਨਾ ਪਸੰਦ ਕਰਦੀ ਸੀ। ਮੇਰੇ ਦਾਦਕੇ ਵੀ ਧਾਰਮਿਕ ਵਿਚਾਰਾਂ ਦੇ ਸਨ। ਔਰ ਉੱਧਰ ਆਏ ਨਾਨਕੇ, ਜਿਹਨਾਂ ਤੋਂ ਮੇਰੇ ਪੂਜਨੀ ਮਾਤਾ ਜੀ ਨੂੰ ਅੱਛੇ ਸੰਸਕਾਰ ਮਿਲੇ। ਤਾਂ ਮੇਰੇ ਨਾਨੀ ਤੇ ਨਾਨਾ ਜੀ, ਉਹਨਾਂ ਦੇ ਸੰਸਕਾਰ ਵੀ ਧਾਰਮਿਕ ਸਨ। ਮੇਰੇ ਨਾਨਾ ਜੀ ਦਾ ਨਾਮ ਸਰਦਾਰ ਬਿਸ਼ਨ ਸਿੰਘ ਜੀ ਵਾਸਨ ਔਰ ਨਾਨੀ ਜੀ ਦਾ ਨਾਮ ਠਾਕੁਰ ਦੇਈ, ਠਾਕੁਰ ਨੇ ਦਿੱਤੀ। ਤਾਂ ਇਹਨਾਂ ਦੇ ਧਾਰਮਿਕ ਸੰਸਕਾਰ ਔਰ ਮਨ ਵਿੱਚ ਸੇਵਾ ਦਾ ਭਾਵ, ਨਿਤਾ ਪ੍ਰਤੀ ਗੁਰੂਦੁਆਰੇ ਦੇ ਅੰਦਰ ਬੜੀ ਦੇਰ ਮੈਂ ਵੱਡੇ ਹੋ ਕੇ ਵੀ ਦੇਖਿਆ ਕਿ ਘਰ ਦੇ ਵਿੱਚੋਂ ਅੰਨ ਲੰਗਰ ਪ੍ਰਸ਼ਾਦ ਗੁਰਦੁਆਰੇ ਵਿੱਚ ਜਾਂਦਾ ਸੀ। ਰੋਜ਼ ਗੁਰਦੁਆਰੇ ਦੇ ਅੰਦਰ ਨਾਨਕੇ ਪਰਿਵਾਰ ਨੇ ਰੋਟੀ ਦੇਣੀ, ਔਰ ਜਦ ਵੀ ਇਹ ਚੁੱਲ੍ਹਾ ਜਲਾਉਂਦੇ, ਭੋਜਨ ਪਕਾਉਂਦੇ, ਤਾਂ ਜੋ ਵੀ ਰਸੋਈ ਵੀ ਘਰ ਵਿੱਚ ਜਾਂਦਾ ਸੀ, ਉਸ ਦਾ ਨਿਯਮ ਹੁੰਦਾ ਸੀ ਕਿ ਸਿਰ ਢੱਕ ਕੇ ਰਸੋਈ ਘਰ ਵਿੱਚ ਜਾਣਾ, ਔਰ ਜਿੰਨੀ ਦੇਰ ਖਾਣਾ ਪਕਾਉਣਾ ਹੈ ਉਨੀ ਦੇਰ ਸਿਮਰਨ ਕਰਦੇ ਹੋਏ ਪਕਾਉਣਾ। ਪਤਾ ਨਹੀਂ, ਅਸੀਂ ਖੁਦ ਹੈਰਾਨ ਹੁੰਦੇ ਸਾਂ ਕਿ ਜਦ ਅਸੀਂ ਆਪਣੇ ਨਾਨਕੇ ਘਰ ਬਚਪਨ ਵਿੱਚ ਰਹਿਣ ਜਾਂਦੇ, ਪਤਾ ਨਹੀਂ ਕਿੰਨੀਆਂ ਰੋਟੀਆਂ ਖਾ ਲੈਂਦੇ ਸੀ। ਉੱਥੋਂ ਦਾ ਅੰਨ ਸਾਨੂੰ ਬੜਾ ਪਿਆਰਾ ਲੱਗਦਾ, ਸਤੋ ਗੁਣੀ ਔਰ ਸਿੱਧਾ ਸਾਦਾ ਭੋਜਨ। ਔਰ ਉਹਨਾਂ ਦਾ ਇਹ ਨਿਯਮ ਹੁੰਦਾ ਸੀ ਕਿ ਜਦ ਤੱਕ ਗੁਰਦੁਆਰੇ ਤੋਂ ਕੋਈ ਭਾਈ ਜੀ ਗ੍ਰੰਥੀ ਆ ਕੇ ਘਰ ਵਿੱਚ ਨਾਨਕੇ ਘਰ ਵਿੱਚ ਭੋਜਨ ਨਹੀਂ ਕਰ ਲੈਂਦਾ ਸੀ, ਤਦ ਤੱਕ ਸਾਨੂੰ ਬੱਚਿਆਂ ਨੂੰ ਖਾਣਾ ਨਹੀਂ ਸੀ ਮਿਲਦਾ। ਔਰ ਇਸ਼ਨਾਨ ਕਰਕੇ ਗੁਰਦੁਆਰੇ ਮੱਥਾ ਟੇਕ ਕੇ ਸਿਮਰਨ ਕਰਨ ਦੇ ਬਾਅਦ ਹੀ ਸਾਨੂੰ ਭੋਜਨ ਮਿਲਦਾ ਸੀ। ਅਗਰ ਅਸੀਂ ਐਸੀਆਂ ਕਿਰਿਆ ਨਹੀਂ ਸੀ ਕਰਦੇ ਤੇ ਸਾਨੂੰ ਖਾਣਾ ਨਹੀਂ ਸੀ। ਮੇਰੀ ਬੇਨਤੀ ਹੈ ਸਵਾਮੀ ਜੀ, ਆਪ ਜੀ ਦਾ ਜਨਮ ਕਿਸ ਸਥਾਨ ਤੇ ਹੋਇਆ? ਮੇਰਾ ਜਨਮ ਲੁਧਿਆਣਾ ਸ਼ਹਿਰ ਦੇ ਕੋਲ ਪਿੰਡ ਦੁਰਾਹਾ ਵਿਖੇ ਹੋਇਆ। ਜੀ ਜੀ, ਤੇ ਕਿਹੜੇ ਸਨ ਵਿੱਚ ਹੋਇਆ ਤੇ ਡੇਟ ਆਪ ਜੀ ਦੀ ਔਰ ਸਾਲ? 16 ਨਵੰਬਰ 1962 ਦੇ ਵਿੱਚ ਹੋਇਆ। ਜੀ ਜੀ, ਅੰਮ੍ਰਿਤ ਵੇਲੇ ਹੋਇਆ। ਜੀ ਜੀ, ਔਰ ਮੈਂ ਦੁਰਾਹਾ ਪਿੰਡ ਦੇ ਅੰਦਰ ਜਦੋਂ ਪੈਦਾ ਹੋਈ, ਕਿਉਂਕਿ ਮਾਤਾ ਔਰਤ ਇੱਕ ਪੇਕੇ ਘਰ ਜਾ ਕੇ ਬੱਚੇ ਨੂੰ ਜਨਮ ਦਿੰਦੀ ਹੈ, ਇਸੇ ਪਰੰਪਰਾ ਦੇ ਵਿੱਚ ਮੇਰਾ ਜਨਮ ਮੇਰੇ ਨਾਨਕੇ ਘਰ ਵਿੱਚ ਹੋਇਆ। ਜੀ 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 ਜੀ, ਔਰ ਉੱਥੇ ਦਾ ਹੀ ਮਤਲਬ ਅੱਛਾ ਅੱਛੀ ਗੁੜਤੀ ਮਿਲੀ ਔਰ ਅੱਛੇ ਸੰਸਕਾਰ ਮੈਨੂੰ ਮਿਲੇ। ਜੀ ਜੀ, ਔਰ ਮੈਂ ਆਪਣੇ ਦੁਰਾਹਾ ਪਿੰਡ ਦੇ ਵਿੱਚ ਜਨਮ ਹੋਣ ਵਿੱਚ ਮਾਣ ਵੀ ਮਹਿਸੂਸ ਕਰਦੀ ਹਾਂ। ਜੀ, ਮੈਂ ਕਹਿੰਦੀ ਹਾਂ ਮੈਂ ਦੁਰਾਹਾ ਵਿੱਚ ਪੈਦਾ ਹੋਈ ਹਾਂ, ਦੋਨੋਂ ਰਾਹ ਰੱਖਾਂਗੀ। ਸੰਸਾਰ ਦੇ ਵਿੱਚ ਸੰਸਾਰਿਕ ਰਾਹ ਨਿਭਾਵਾਂਗੀ, ਉਹ ਗੱਲ ਵੱਖਰੀ ਹੈ ਕਿ ਮੈਂ ਸ਼ਾਦੀ ਨਹੀਂ ਕਰਾਈ, ਮੈਂ ਉਸ ਪਰੰਪਰਾ ਤੇ ਨਹੀਂ ਚੱਲੀ, ਪਰ
ਸੰਸਾਰ ਦੇ ਅੰਦਰ ਸਾਨੂੰ ਕਿਹਨਾਂ ਰਾਹਾਂ ਤੇ ਚੱਲਣਾ ਚਾਹੀਦਾ ਹੈ, ਸਮਾਜ ਵਿੱਚ ਕਿਸ ਤਰ੍ਹਾਂ ਆਪਣਾ ਸਿਰ ਉੱਚਾ ਕਰਨਾ ਚਾਹੀਦਾ ਹੈ, ਕੁਛ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਕੁਛ ਵਿਦਿਆ ਦੇ ਧਾਰਨੀ ਹੋਣਾ ਚਾਹੀਦਾ ਹੈ। ਮੈਂ ਉਹ ਵਿਦਿਆਵਾਂ ਵੀ ਹਾਸਲ ਕੀਤੀਆਂ ਔਰ ਲੋਕਾਂ ਨੂੰ ਵੀ ਇਸ ਵਿਦਿਆ ਦੇ ਧਾਰਨੀ ਹੋਣ ਲਈ ਪ੍ਰੇਰਿਤ ਕਰਦੀ ਹਾਂ। ਵਿਦਿਆ ਕਿਹੜੀ ਕਿਹੜੀ ਆਪ ਜੀ ਨੇ ਕਿੱਥੋਂ ਕਿੱਥੋਂ ਧਾਰਨ ਲਈ ਆਪ ਜੀ ਨੇ? ਸਭ ਤੋਂ ਪਹਿਲੇ ਤਾਂ ਮੈਂ ਆਪਣੇ ਵਿਦਿਆ ਦਾਤਾ ਪੂਜਨੀਕ ਨਿਰਮਲ ਸੰਪਰਦਾਇ ਤੋਂ ਵਰਸਾਏ ਹੋਏ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੀ ਸ਼ਾਖਾ ਤੋਂ ਜਿਨ੍ਹਾਂ ਨੇ ਦੀਕਸ਼ਾ ਗ੍ਰਹਿਣ ਕੀਤੀ, ਵਾਹਿਗੁਰੂ, ਆਪਣੇ ਵਿਦਿਆ ਦਾਤਾ ਪੂਜਨੀਕ ਸੰਤ ਪ੍ਰੀਤਮ ਹਰੀ ਜੀ ਦੀ ਮੈਂ ਅਨੇਕ ਗੁਣਾ ਸ਼ੁਕਰ ਗੁਜ਼ਾਰ ਹਾਂ। ਸੰਤ ਪ੍ਰੀਤਮ ਸਿੰਘ ਜੀ ਹਰੀ ਜੀ ਨੇ ਮੈਨੂੰ ਵਿਦਿਆ ਦਿੱਤੀ ਔਰ ਅੱਜ ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਆਪਦੇ ਸਨਮੁਖ ਹੋ ਸਕੀ। ਮੇਰਾ ਰੋਮ ਰੋਮ ਉਹਨਾਂ ਦਾ ਰਿਣੀ ਹੈ। ਔਰ ਇਸ ਦੇ ਨਾਲ ਹੀ ਮੈਂ ਜੋ ਸਕੂਲੀ ਵਿਦਿਆ ਗ੍ਰਹਿਣ ਕੀਤੀ ਉਹ ਸਭ ਤੋਂ ਪਹਿਲੇ ਲੁਧਿਆਣਾ ਸ਼ਹਿਰ ਦੇ ਵਿੱਚ, ਕਿਉਂਕਿ ਅਸੀਂ ਮਾਧੋਪੁਰੀ ਦੇ ਅੰਦਰ ਮਾਂਗਟ ਵਾਲੀ ਗਲੀ ਉੱਥੇ ਰਹਿੰਦੇ ਸੀ, ਤਾਂ ਮੇਰੇ ਸਰੀਰਕ ਮਾਤਾ ਜੀ ਟੀਚਰ ਰਹੇ ਨੇ, ਤਾਂ ਉਹਨਾਂ ਉਹ ਕਮੇਟੀ ਬਾਗ ਸਕੂਲ ਵਿੱਚ ਪੜ੍ਹਾਉਂਦੇ ਸੀ, ਤਾਂ ਉਹਨਾਂ ਦੇ ਨਾਲ ਜਾ ਕੇ ਮੈਂ ਪਹਿਲੀ ਤੋਂ ਪੰਜਵੀਂ ਤੱਕ ਦੀ ਸ਼ਿਕਸ਼ਾ ਉੱਥੇ ਗ੍ਰਹਿਣ ਕੀਤੀ। ਔਰ ਮੈਨੂੰ ਉਹ ਦਿਨ ਅੱਜ ਵੀ ਕਦੀ ਕਦੀ ਯਾਦ ਆਉਂਦੇ ਨੇ ਜਦੋਂ ਮੈਂ ਆਪਣੇ ਮਾਤਾ ਜੀ ਦੇ ਨਾਲ ਚੱਲ ਕੇ ਘਰ ਤੋਂ ਸਕੂਲ ਵਿੱਚ ਜਾਂਦੀ ਸਾਂ। ਉਹ ਗਲੀਆਂ ਦਾ ਦ੍ਰਿਸ਼ ਵੀ ਮੈਨੂੰ ਯਾਦ ਹੈ ਜਿੱਥੋਂ ਮੈਂ ਲੰਘਦੀ ਹੋਈ ਇਹ ਸੋਚਦੀ ਸਾਂ ਕਿ ਮੈਂ ਐਸੀ ਵਿਦਿਆ ਨੂੰ ਗ੍ਰਹਿਣ ਕਰਾਂ, ਮੈਂ ਸਾਰੀ ਦੁਨੀਆਂ ਨੂੰ ਜਾਣ ਲਵਾਂ। ਫਿਰ ਸੋਚਿਆ ਸਾਰੀ ਦੁਨੀਆਂ ਨੂੰ ਕਿਧਰੇ ਦੁੱਖ ਕਿਧਰੇ ਜਾਣਾਂਗੀ ਤੇ ਮੈਨੂੰ ਵੀ ਦੁੱਖ ਹੋਏਗਾ, ਪਰ ਮੈਂ ਕਹਿੰਦਾ ਸਭ ਦਾ ਮੈਨੂੰ ਪਤਾ ਵੀ ਲੱਗੇ ਪਰ ਮੈਨੂੰ ਦੁੱਖ ਵੀ ਨਾ ਹੋਵੇ। ਮੈਂ ਐਸੀ ਵਿਦਿਆ ਨੂੰ ਗ੍ਰਹਿਣ ਕਰਾਂ ਜਿਹੜੀ ਹੋਵੇ ਰੇਅਰ ਪਰ ਹੋਵੇ ਸੱਚ ਜੀ। ਸੱਚ ਦੇ ਲੜ ਲੱਗਣਾ ਚਾਹੁੰਦੀ ਸਾਂ, ਤਾਂ ਉਹ ਮੇਰੇ ਸੰਸਕਾਰ ਵੱਡੇ ਹੋ ਕੇ ਫਲੀਭੂਤ ਹੋਏ। ਪੰਜਵੀਂ ਤੱਕ ਦੀ ਪੜ੍ਹਾਈ ਮੈਂ ਕਮੇਟੀ ਬਾਗ ਸਕੂਲ ਵਿੱਚ ਕੀਤੀ, ਉਸ ਤੋਂ ਬਾਅਦ ਘਰ ਦੇ ਨੇੜੇ ਇਸਲਾਮੀਆ ਸਕੂਲ ਸੀ, ਮੇਰੇ ਵੱਡੇ ਸਿਸਟਰ ਉਹ ਵੀ ਉਸ ਸਕੂਲ ਵਿੱਚ ਪੜ੍ਹੇ ਸਨ, ਤਾਂ ਉਹਨਾਂ ਦੇ ਨਾਲ ਚੱਲ ਕੇ ਮੈਂ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦੀ ਵਿਦਿਆ ਇਸਲਾਮੀਆ ਸਕੂਲ ਵਿੱਚ ਪੜ੍ਹੀ ਔਰ ਮੇਰਾ ਪਹਿਲਾ ਨਾਮ ਸੀ ਇੰਦਰਜੀਤ ਕੌਰ ਜੀ ਜੀ ਜੀ। ਔਰ ਜਦ ਦੀਕਸ਼ਾ ਲਈ ਉਸ ਤੋਂ ਬਾਅਦ ਇਹ ਨਾਮ ਪਰਿਵਰਤਿਤ ਹੋਇਆ, ਤਾਂ ਇਸ ਨਾਮ ਦੇ ਅਧੀਨ ਮੈਂ ਦਸਵੀਂ ਤੱਕ ਦੀ ਵਿਦਿਆ ਨੂੰ ਅਧਿਐਨ ਕੀਤਾ। ਉਸ ਤੋਂ ਬਾਅਦ ਜਦ ਮੈਂ ਅਜੇ ਦਸਵੀਂ ਪੂਰੀ ਨਹੀਂ ਸੀ ਕੀਤੀ, ਛੇਵੀਂ ਕਲਾਸ ਦੇ ਵਿੱਚ ਪੜ੍ਹਦੀ ਸਾਂ, ਛੇਵੀਂ ਔਰ ਸੱਤਵੀਂ, ਉਦੋਂ ਤੋਂ ਹੀ ਸਾਡੇ ਘਰ ਵਿੱਚ ਪੂਜਨੀਕ ਸੰਤ ਜੀ ਜਿਨ੍ਹਾਂ ਤੋਂ ਮੈਂ ਵਿਦਿਆ ਪ੍ਰਾਪਤ ਕੀਤੀ ਸੰਤ ਪ੍ਰੀਤਮ ਸਿੰਘ ਜੀ ਹਰੀ, ਉਹ ਘਰ ਵਿੱਚ ਆਏ ਔਰ ਉਹਨਾਂ ਨੇ ਆ ਕੇ ਆਖਿਆ, ਘਰ ਆਉਂਦਿਆਂ ਹੀ ਉਹਨਾਂ ਦੀ ਸਮਾਧੀ ਲੱਗ ਗਈ। ਜਦੋਂ ਸਮਾਧੀ ਲੱਗ ਗਈ ਚਿੱਤ ਵਿਰਤੀਆਂ ਸ਼ਾਂਤ ਹੋ ਗਈਆਂ, ਤਾਂ ਮੁੰਦੇ ਮੁੰਦੇ ਅੱਖਾਂ ਜਦੋਂ ਖੋਲੀਆਂ ਤਾਂ ਉਹਨਾਂ ਨੇ ਆਖਿਆ ਇੱਥੇ ਮੇਰੇ ਗੁਰੂ ਦੇ ਪਿਆਰੇ ਰਹਿੰਦੇ ਨੇ, ਅਸੀਂ ਕੋਈ ਵਿਦਿਆ ਲੈ ਕੇ ਆਏ ਹਾਂ ਜੋ ਇਸ ਘਰ ਵਿੱਚ ਦੇਣੀ ਹੈ, ਜਿੰਨੀ ਜਲਦੀ ਲੈ ਲੋਗੇ ਉਨੀ ਜਲਦੀ ਅਸੀਂ ਬੋਝ ਮੁਕਤ ਹੋ ਜਾਵਾਂਗੇ, ਅਸੀਂ ਉਸਦੇ ਨਾਮ ਦੀ ਟੋਕਰੀ ਸਿਰ ਤੇ ਚੁੱਕੀ ਹੈ, ਅਸੀਂ ਤੁਹਾਡੇ ਲਈ ਕੁਛ ਵਿਦਿਆ ਲੈ ਕੇ ਆਏ ਹਾਂ ਜੋ ਅਸੀਂ ਇਹਨਾਂ ਨੂੰ ਇਸ ਪਰਿਵਾਰ ਵਿੱਚ ਦੇਣੀ ਹੈ। ਔਰ ਸੱਚਮੁੱਚ ਉਹਨਾਂ ਨੂੰ ਵਿਦਿਆ ਦੇ ਕੇ ਬੜੀ ਪ੍ਰਸੰਨਤਾ ਹੋਈ, ਕਹਿੰਦੇ ਨੇ ਵਿਦਿਆ ਦੇ ਲਈ ਕੁਛ ਲਿਆ ਜਾਂਦਾ ਹੈ। ਤਾਂ ਜਦੋਂ ਮੁੰਦੇ ਮੁੰਦੇ ਨੈਣ ਖੋਲੇ ਪੂਜਨੀਕ ਸੰਤ ਜੀ ਨੇ, ਤਾਂ ਸ਼ਿਸ਼ਟਾਚਾਰ ਵਸ ਮਾਤਾ ਪਿਤਾ ਨੇ ਉਹਨਾਂ ਦੇ ਅੱਗੇ ਬਿਸਕੁਟ ਔਰ ਦੁੱਧ ਰੱਖਿਆ ਤੇ ਉਹਨਾਂ ਨੇ ਆਖਿਆ, ਕਿਉਂਕਿ ਮੇਰੇ ਮਾਤਾ ਜੀ ਕੀਰਤਨ ਕਰਦੇ ਸੀ ਤਾਂ ਉਹ ਸ਼ਬਦ ਬੋਲਦੇ ਸੀ, ਜਦੋਂ ਘਰ ਵਿੱਚ ਆਏ ਤਾਂ ਉਹਨਾਂ ਨੇ ਸ਼ਬਦ ਸੁਣਾਏ ਤੇ ਤਾਂ ਗੁਰੂ ਜੀ ਨੇ ਇਸ਼ਾਰਾ ਕੀਤਾ ਮੁੰਦੇ ਨੈਣਾਂ ਦੇ ਵਿੱਚ ਪੰਜ ਸ਼ਬਦ ਸੁਣਾਓ। ਮਾਤਾ ਜੀ ਨੇ ਪੰਜ ਸ਼ਬਦ ਪੂਰੇ ਕੀਤੇ ਔਰ ਟਿਊਨ ਇੱਕ ਹੋਣ ਕਰਕੇ ਉਹਨਾਂ ਨੂੰ ਲੱਗਾ ਕਿ ਚਾਰਾਂ ਦੇ ਵਿੱਚ ਹੀ ਸ਼ਾਇਦ ਸੰਪਰਕ ਲਗਾਇਆ, ਤੇ ਉਹ ਆਖਦੇ ਕਿ ਬਿਸਕੁਟ ਖਾਣ ਲਈ ਆਖਦੇ ਹੋ, ਜੋ ਸਾਡੀ ਅਸਲ ਖੁਰਾਕ ਸੀ ਸ਼ਬਦ ਸੁਣਨਾ ਉਸ ਵਿੱਚ ਕੰਜੂਸੀ ਕਰਦੇ ਹੋ। ਅਸੀਂ ਪਰਿਵਾਰ ਦੇ ਪੰਜ ਹੀ ਜੀ ਸਾਂ, ਇੱਕ ਮੈਂ, ਇੱਕ ਮੇਰੇ ਵੱਡੇ ਭੈਣ ਜੀ ਔਰ ਇੱਕ ਛੋਟੇ ਬ੍ਰਦਰ ਔਰ ਮਾਤਾ ਪਿਤਾ, ਔਰ ਪੰਜ ਹੀ ਸ਼ਬਦ ਉਹਨਾਂ ਨੇ ਸੁਣੇ। ਸੱਚਮੁੱਚ ਉਹ ਇੱਕ ਇੱਕ ਗੁਰਬਾਣੀ ਦਾ ਸ਼ਬਦ ਸੁਣਿਆ ਹੋਇਆ, ਉਸ ਦੇ ਬਦਲੇ ਵਿੱਚ ਪਤਾ ਨਹੀਂ ਉਹਨਾਂ ਨੇ ਸਾਨੂੰ ਕੀ ਦੇ ਦਿੱਤਾ। ਤੋ ਇਸ ਤਰ੍ਹਾਂ ਕਰਕੇ ਉਸ ਦਿਨ ਦਾ ਉਹਨਾਂ ਦਾ ਵਾਅਦਾ ਔਰ ਇਸੇ ਤਰ੍ਹਾਂ ਅੱਗੇ ਚੱਲਦਾ ਰਿਹਾ। ਤੋ ਫਿਰ ਦਸਵੀਂ ਤੋਂ ਬਾਅਦ ਫਿਰ ਮੈਂ
ਉਹ ਕੀਤੀ ਸਟੈਨੋ, ਕਿਉਂਕਿ ਅਸੀਂ ਸਤਸੰਗ ਸੁਣਨ ਲੱਗ ਗਏ ਜੀ 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 ਔਰ 10ਵੀਂ ਤੋਂ ਬਾਅਦ ਹੀ ਤੁਰੰਤ ਜਾਂ 10ਵੀਂ ਦੇ ਵਿੱਚ ਹੀ ਅਸੀਂ ਸੰਤ ਜੀ ਦੇ ਸਤਸੰਗ ਤੇ ਜਾਣੇ ਸ਼ੁਰੂ ਹੋ ਗਏ ਔਰ ਜਾਂਦਿਆਂ ਜਾਂਦਿਆਂ ਇੱਕ ਦਿਨ ਅਸੀਂ ਨਿਊ ਸ਼ਿਵਾ ਜੀ ਨਗਰ ਦੇ ਅੰਦਰ ਜਗਦੀਸ਼ ਬੇਦੀ ਤੇ ਗੁਰਬਚਨ ਸਿੰਘ ਬੇਦੀ ਉਹਨਾਂ ਦੇ ਘਰ ਵਿੱਚ ਬੈਠੇ ਸਾਂ। ਤੋਂ ਬੈਠਿਆਂ ਬੈਠਿਆਂ ਬੇਦੀ ਪਰਿਵਾਰ ਦੇ ਅੰਦਰ, ਕਿਉਂਕਿ ਕੁੱਲ ਦਾ ਵੀ ਇੱਕ ਆਪਣਾ ਮਹੱਤਵ ਹੈ, ਤਾਂ ਗੁਰੂ ਜੀ ਇੱਕ ਪ੍ਰਸੰਨਤਾ ਦੇ ਮੂਡ ਵਿੱਚ ਆ ਗਏ। ਤਾਂ ਆਏ ਹੋਏ ਉਹਨਾਂ ਨੇ ਆਖਿਆ, ਸਾਰੇ ਅਸੀਂ ਕੁਛ ਜਣੇ ਬੈਠੇ ਸਾਂ, ਤਾਂ ਬੈਠਿਆਂ ਬੈਠਿਆਂ ਉਹ ਮੌਜ ਵਿੱਚ ਆ ਗਏ। ਕਹਿੰਦੇ ਅੱਜ ਕਥਾ ਕੌਣ ਕੌਣ ਸਿੱਖਣਾ ਚਾਹੁੰਦਾ ਹੈ? ਸਾਰਿਆਂ ਨੇ ਹੱਥ ਖੜੇ ਕੀਤੇ, ਕਹਿੰਦੇ ਨਾਮ ਨੋਟ ਕਰਾਓ, ਨਾਮ ਨੋਟ ਕੀਤੇ। ਤਾਂ ਗੁਰੂ ਜੀ ਨੇ ਇਸ ਦੇ ਅੰਦਰ ਆਪਣੀ ਮੌਜ ਦੇ ਜੇ ਆ ਗਏ ਤਾਂ ਸਾਰਿਆਂ ਨੂੰ ਆਖਿਆ, ਕੋਲ ਆ ਕੇ ਆਸ਼ੀਰਵਾਦ ਲਓ, ਨਮਸਕਾਰ ਕਰਕੇ ਤੇ ਵਿਧੀ ਦੱਸੀ ਕਿ ਅੱਖਾਂ ਬੰਦ ਕਰ ਲੈਣੀਆਂ ਔਰ ਬੋਲਣਾ ਸ਼ੁਰੂ ਹੋ ਜਾਓ। ਐਸਾ ਹੀ ਕੀਤਾ ਔਰ ਉਸ ਦਿਨ ਦਾ ਇੱਕ ਦਿਨ ਦਾ ਆਸ਼ੀਰਵਾਦ ਇਉਂ ਫਲਿਆ ਕਿ ਸੱਚਮੁੱਚ ਉਹ ਕਥਾ ਕਰਨ ਦੇ ਧਾਰਮੀ ਉਹਨਾਂ ਨੇ ਬਣਾ ਦਿੱਤਾ। ਮੈਟ੍ਰਿਕ ਤੋਂ ਬਾਅਦ ਮੈਂ ਉਹ ਕਥਾ ਕਰਨੀ ਸ਼ੁਰੂ ਕਰ ਦਿੱਤੀ। ਕਿੱਧਰ ਕਥਾ ਕਿਵੇਂ ਸ਼ੁਰੂ ਕੀਤੀ ਉਹ ਵੀ ਦੱਸਦੀ ਹਾਂ। ਔਰ ਇਸ ਦੇ ਨਾਲ ਹੀ ਇੱਕ ਸ਼ੌਂਕ ਪੈਦਾ ਹੋਇਆ ਕਿ ਮੈਂ ITI ਦੇ ਵਿੱਚ ਸਟੈਨੋਗ੍ਰਾਫੀ ਦਾ ਕੋਰਸ ਕਰਾਂ ਤਾਂ ਕਿ ਆਪਣੇ ਗੁਰੂ ਜੀ ਦੇ ਪ੍ਰਵਚਨ ਲਿਖ ਸਕਾਂ। ਗੁਰੂ ਜੀ ਨੇ, ਵਿਦਿਆਦਾਤਾ ਸੰਤ ਜੀ ਨੇ ਸਾਨੂੰ ਆਖਿਆ ਕਿ ਇਹ ਜੋ ਸਤਸੰਗ ਤੁਸੀਂ ਸੁਣਦੇ ਹੋ ਉਸ ਨੂੰ ਲਿਖਿਆ ਕਰੋ। ਤਾਂ ਫਿਰ ਮੈਂ ਇੱਕ ਸਾਲ ਦਾ ਸਟੈਨੋਗ੍ਰਾਫੀ ਦਾ ਕੋਰਸ ਕੀਤਾ ਤਾਂ ਕਿ ਜੋ ਗੁਰੂ ਜੀ ਬੋਲਦੇ ਨੇ ਉੱਥੇ ਲਿਖਣ ਦੀ ਸਪੀਡ ਵੱਧ ਜਾਂਦੀ ਹੈ। ਤਾਂ ਮੈਂ ਤੁਰੰਤ ਲੈਕਚਰ ਨਾਲ ਦੀ ਨਾਲ ਲਿਖਦੀ ਰਹੀ, ਉਹਨਾਂ ਨੂੰ ਫਿਰ ਟਰਾਂਸਲੇਟ ਵੀ ਕੀਤਾ ਔਰ ਕੁਛ ਉਹਨਾਂ ਨੇ ਕਿਹਾ ਕਿ ਜੋ ਸੁਣ ਕੇ ਜਾਂਦੇ ਹੋ ਉਹਨੂੰ ਆਪਣੇ ਸ਼ਬਦਾਂ ਚ ਲਿਖੋ। ਕਾਪੀਆਂ ਪੈਨ ਦਾ ਵੀ ਖਰਚਾ ਦਿੱਤਾ, ਸਭ ਕੁਛ ਕੀਤਾ ਕਿ ਤੁਸੀਂ ਲਿਖੋ ਔਰ ਉਹ ਅੱਜ ਵੀ ਪ੍ਰਵਚਨ ਲਿਖੇ ਹੋਏ ਪਏ ਨੇ। ਤਾਂ ਉਹ ਸਟੈਨੋਗ੍ਰਾਫੀ ਦਾ ਕੋਰਸ ਕੀਤਾ, ਫਿਰ ਮੈਂ ਛੱਡ ਕੇ ਇੱਕ ਪਾਸੇ ਸਟੈਨੋਗ੍ਰਾਫੀ ਦਾ ਕੋਰਸ ਕੀਤਾ ਔਰ ਦੂਸਰੇ ਪਾਸੇ ਸੰਤ ਜੀ ਨੇ ਕਥਾ ਕਰਨ ਦੇ ਵਿੱਚ ਸਾਨੂੰ ਮੁਹਾਰਤ ਪ੍ਰਦਾਨ ਕਰਨੀ ਸ਼ੁਰੂ ਕੀਤੀ, ਕਿਸ ਕਿਸ ਤਰ੍ਹਾਂ ਕਰਨਾ ਕੀ ਕਰਨਾ। ਤਾਂ ਉਹ ਕਥਾ ਕਰਨ ਲਈ ਆਖਿਆ। ਮੇਰੀ ਕਥਾ ਦੀ ਸ਼ੁਰੂਆਤ ਪਟਿਆਲਾ ਸ਼ਹਿਰ ਦੇ ਵਿੱਚ ਧਰਮਪੁਰਾ ਮੁਹੱਲੇ ਦੇ ਅੰਦਰ, ਕਿਉਂਕਿ ਮੈਂ ਹੁਣ ਅੱਜ ਸੋਚਦੀ ਹਾਂ ਕਿ ਸੱਚਮੁੱਚ ਧਰਮਪੁਰਾ ਮੁਹੱਲਾ, ਇਹਨਾਂ ਚੀਜ਼ਾਂ ਦਾ ਵੀ ਇੱਕ ਆਪਣਾ ਨਾਵਾਂ ਦਾ ਮਹੱਤਵ ਹੈ। ਤਾਂ ਉੱਥੇ ਮੈਂ ਆਪਣੇ ਘਰ ਦੇ ਵਿੱਚੋਂ ਆਪਣੇ ਛੋਟੇ ਭਰਾ ਨੂੰ ਲੈ ਕੇ ਅੰਮ੍ਰਿਤਸਰ ਲੁਧਿਆਣੇ ਤੋਂ ਦੋਰਾਹਾ ਨਾਨਕੇ ਪਿੰਡ ਗਈ। ਉੱਥੋਂ ਮੈਨੂੰ ਪਤਾ ਸੀ ਕਿ ਗੁਰੂ ਜੀ ਵਿਦਿਆਦਾਤਾ ਪਟਿਆਲੇ ਸ਼ਹਿਰ ਵਿੱਚ ਨੇ। ਤਾਂ ਮੈਂ ਆਪਣੇ ਨਾਨੀ ਜੀ ਨੂੰ ਆਖ ਕੇ ਰੁਪਈਆ ਇਕੱਠਾ ਕਰਕੇ, ਕਿਰਾਏ ਜੋਗੇ ਇੱਕ ਪਾਸੇ ਦੇ ਪੈਸੇ ਇਕੱਠੇ ਕਰਕੇ ਆਪਣੇ ਵਿਦਿਆਦਾਤਾ ਸੰਤ ਜੀ ਕੋਲ ਚਲੀ ਗਈ। ਚਲੀ ਗਈ ਤਾਂ ਮੈਨੂੰ ਉਹ ਆਖਦੇ ਕਿ ਤੂੰ ਘਰ ਤੋਂ ਆ ਗਈ ਹੈ। ਮੈਂ ਕਿਹਾ ਜੀ ਆ ਗਈ ਹਾਂ, ਕਿਉਂ ਆਈ ਹੈ? ਮੈਂ ਕਿਹਾ ਜੀ ਤੁਹਾਨੂੰ ਮਿਲਣ ਤੇ ਤੁਹਾਡੇ ਦਰਸ਼ਨ ਕਰਨ ਤੇ ਮਨ ਕਰਦਾ ਸੀ। ਕਹਿੰਦੇ ਬਿਨਾਂ ਪੁੱਛੇ ਆਈ? ਹਾਂਜੀ, ਇਹ ਤੇਰੀ ਗਲਤੀ ਹੈ, ਹਾਂਜੀ ਇਹਦੀ ਇੱਕ ਸਜ਼ਾ ਲੱਗੇ। ਮੈਂ ਕਿਹਾ ਜੀ ਸਜ਼ਾ ਭੁਗਤਣ ਨੂੰ ਤਿਆਰ ਆ। ਆਖਦੇ ਹੁਣ ਤੂੰ ਇੱਥੇ ਆਈ ਹੈ, ਇੱਕ ਕੰਮ ਕਰਨਾ ਹੋਏਗਾ, ਇਸ ਗੁਰਦੁਆਰੇ ਦੇ ਅੰਦਰ ਜਾ ਕੇ ਕਥਾ ਕਰੇਗੀ ਤਾਂ ਹੀ ਇੱਥੇ ਰਹੇਗੀ। ਮੈਂ ਕਿਹਾ ਜੀ ਠੀਕ ਹੈ। ਉਹ ਆਂਟੀ ਦੇ ਅੰਕਲ ਜਿਨ੍ਹਾਂ ਦੇ ਘਰ, ਸਰਦਾਰ ਬਲਬੀਰ ਸਿੰਘ ਜੀ ਦੇ ਘਰ ਮੈਂ ਚਲੀ ਗਈ। ਮੈਨੂੰ ਨਾਲ ਲੈ ਕੇ ਚਲੇ ਗਏ ਗੁਰਦੁਆਰੇ। ਮੈਨੂੰ ਆਖਿਆ ਗਿਆ ਕਿ ਤੁਸੀਂ ਇੱਥੇ ਕਥਾ ਕਰਨੀ ਹੈ। ਮੈਂ ਕਿਹਾ ਜੀ ਠੀਕ ਹੈ। ਉਹ ਮੈਨੂੰ ਕਹਿੰਦੇ ਕਿੰਨੀ ਦੇਰ ਕਰੋਗੇ? ਬਜਾਏ ਜਵਾਬ ਦੇਣ ਦੇ ਮੈਂ ਸਵਾਲ ਪੁੱਛਿਆ, ਤੁਸੀਂ ਕਿੰਨੀ ਦੇਰ ਇੱਥੇ ਕਥਾ ਹੁੰਦੀ ਹੈ? ਉਹ ਕਹਿੰਦੇ ਜੀ ਸਾਡੀ ਕਥਾ ਇੱਥੇ ਇੱਕ ਘੰਟਾ ਰੋਜ਼ ਦੀ ਹੁੰਦੀ ਹੈ, ਤੁਸੀਂ ਜਿੰਨਾ ਬੋਲਣਾ ਬੋਲ ਲਈ ਹੋ, ਬਾਕੀ ਅਸੀਂ ਸਾਂਭ ਲਵਾਂਗੇ। ਮੈਨੂੰ ਇਸ ਗੱਲ ਦਾ ਮਤਲਬ ਨਹੀਂ ਸੀ ਪਤਾ ਔਰ ਮੈਂ ਗੁਰਦੁਆਰੇ ਸਟੇਜ ਤੇ ਮੈਨੂੰ ਉਹਨਾਂ ਨੇ ਬਿਠਾਇਆ ਔਰ ਮੈਂ ਕਥਾ ਕਰ ਦਿੱਤੀ। ਮੈਂ ਕਿਹਾ ਅੱਛਾ ਇੱਕ ਘੰਟਾ ਕਥਾ ਹੁੰਦੀ ਹੈ? ਨਾ ਕਹਿੰਦੇ ਹੁੰਦੀ ਹੈ। ਮੈਂ ਇੱਕ ਘੰਟਾ ਉਹ ਕਥਾ ਖਤਮ ਹੋ ਗਈ ਔਰ ਜਿਉਂ ਮੈਂ ਉਸ ਨੂੰ ਵਿਸ਼ੇ ਨੂੰ ਕਲੋਜ਼ ਕਰਨ ਲੱਗੀ ਤਾਂ ਭਾਈ ਜੀ ਮੇਰੇ ਕੰਨ ਵਿੱਚ ਆ ਕੇ ਕਹਿੰਦੇ ਨੇ 10 ਮਿੰਟ ਹੋਰ ਲਾਓ, ਮੈਂ ਪ੍ਰਸ਼ਾਦ ਬਣਾ ਕੇ ਆਇਆ। ਹੁਣ ਮੈਨੂੰ ਇਹ ਪਤਾ ਲੱਗ ਗਿਆ ਮੈਂ ਘੜੀ ਨਹੀਂ ਦੇਖਣੀ ਬਲਕਿ ਮੈਂ ਭਾਈ ਜੀ ਨੂੰ ਵੇਖਣਾ ਵੀ ਪ੍ਰਸ਼ਾਦ ਬਣ ਗਿਆ। 10 ਮਿੰਟ ਬਾਅਦ ਜਦ ਪ੍ਰਸ਼ਾਦ ਬਣਾ ਕੇ ਆਏ, ਮੈਂ ਇਸ਼ਾਰੇ ਨਾਲ ਪੁੱਛਿਆ, ਮੈਂ ਕਿਹਾ ਹੋ ਗਿਆ, ਕਰ ਦਵਾਂ? ਕਹਿੰਦੇ ਹਾਂ, ਖਤਮ ਕਰ ਦਿੱਤਾ। ਫਿਰ ਉਹਨਾਂ ਸਾਰਿਆਂ ਨੇ ਆ ਕੇ ਮੈਨੂੰ ਬਹੁਤ ਸਾਰੇ ਬੰਦੇ ਛੱਡਣ ਆਏ। ਮੈਂ ਕਿਹਾ ਆਂਟੀ
ਜਦੋਂ ਮੈਂ ਗਈ ਮੈਂ ਕਿਹਾ ਆਂਟੀ ਇੱਥੇ ਬੰਦੇ ਮੱਥਾ ਟੇਕ ਕੇ ਵਾਪਸ ਜਾ ਰਹੇ ਨੇ, ਕਿਸੇ ਨੂੰ ਪਤਾ ਹੈ ਮੈਂ ਕਥਾ ਕਰਨੀ ਹੈ? ਉਹ ਮੈਨੂੰ ਕਹਿੰਦੇ ਚੁੱਪ ਹੋ ਗਈ। ਮੈਂ ਕਿਹਾ ਆਂਟੀ ਕਿਸੇ ਨੂੰ ਕਹਿ ਤਾਂ ਦਿਓ ਵੀ ਮੈਂ ਕਥਾ ਕਰਨੀ, ਕੋਈ ਬੈਠੇ ਤਾਂ ਸਹੀ ਸਾਹਮਣੇ, ਕੀਰਤਨ ਹੋ ਰਿਹਾ ਸੀ। ਉਹ ਕਹਿੰਦੇ ਚੁੱਪ, ਬੱਚਾ ਸੀ ਚੁੱਪ ਹੋ ਗਈ। ਜਦੋਂ ਕਥਾ ਤੋਂ ਬਾਅਦ ਕੁਛ ਬੰਦੇ 6-7 ਬੰਦੇ ਮੈਨੂੰ ਘਰ ਛੱਡਣ ਜਾ ਰਹੇ ਸੀ। ਮੈਂ ਕਿਹਾ ਆਂਟੀ ਨਾਲ ਤੇ ਘਰ ਇਹ ਸਭ ਛੱਡਣ ਕਿਉਂ ਜਾ ਰਹੇ, ਆਪਾਂ ਆਪੇ ਚਲੇ ਜਾਂਗੇ। ਕਹਿੰਦੇ ਚੁੱਪ, ਮੈਂ ਚੁੱਪ ਕਰਦੀ ਰਹੀ। ਇਹਨਾਂ ਗੱਲਾਂ ਦੇ ਅਰਥ ਮੈਂ ਬਾਅਦ ਵਿੱਚ ਆਪਣੇ, ਕਿਉਂਕਿ ਉਹਨਾਂ ਦੇ ਅੱਗੇ ਤਾਂ ਮੈਂ ਚੁੱਪ ਹੋ ਗਈ, ਆਪਣੇ ਬਾਬਾ ਜੀ ਤੋਂ ਪੁੱਛੇ, ਉਹਨਾਂ ਨੇ ਸਮਝਾਇਆ ਕਿ ਇਸ ਤਰ੍ਹਾਂ 40% ਤੋਂ 60% ਤੱਕ ਗੁਰਦੁਆਰਾ ਭਰ ਗਿਆ। ਉਹ ਬੰਦਿਆਂ ਨੇ ਰਿਕੁਐਸਟ ਕੀਤੀ ਕਿ ਬਾਬਾ ਜੀ ਇਸ ਬੱਚੀ ਨੂੰ ਹੋਰ ਰੱਖੋ, ਅਸੀਂ ਕਥਾ ਸੁਣਨੀ ਹੈ। ਫਿਰ ਮੈਂ ਉੱਥੇ 3 ਦਿਨ ਜਾਂ 4 ਦਿਨ ਰਹੀ। ਸਵੇਰੇ ਸ਼ਾਮ ਕਥਾ ਹੋਣ ਲੱਗੀ, ਘਰਾਂ 'ਚ ਵੀ ਕਥਾ ਹੋਣ ਲੱਗੀ। ਬਚਪਨ ਦਾ ਸਰੀਰ ਸੀ ਤਾਂ ਬੜੀ ਦੂਰ ਦੂਰ ਧੁੰਮਾਂ ਪਈਆਂ। ਉਹ ਕਹਿੰਦੇ ਜੀ ਅਸੀਂ ਬੁੱਕ ਕਰਨ ਆਉਣਾ ਹੈ। ਮੈਂ ਕਹਿੰਦੀ ਬੁੱਕ ਕਰਨਾ ਕੀ ਹੁੰਦਾ? ਇੱਥੇ ਆਦਿ ਇਹ ਮੇਰੀ ਕਥਾ ਦੀ ਧਰਮਪੁਰੇ ਤੋਂ ਸ਼ੁਰੂਆਤ ਹੈ। ਫਿਰ ਹੋਰ ਗੁਰਦੁਆਰਿਆਂ ਤੋਂ ਆਉਣ ਲੱਗੇ। ਫਿਰ ਮੈਂ ਲੁਧਿਆਣੇ ਦੁੱਖ ਨਿਵਾਰਨ ਸਾਹਿਬ ਕਥਾ ਕਰਦੀ ਰਹੀ ਲਗਾਤਾਰ 3 ਦਿਨ ਤੱਕ। ਉਹ ਵੀ ਕਹਿੰਦੇ ਕਿ ਤੁਸੀਂ ਸਾਡੇ ਕੋਲ ਪਰਮਾਨੈਂਟ ਕਥਾਵਾਚਕ ਹੋ ਜਾਓ। ਮੈਂ ਕਿਹਾ ਪਰਮਾਨੈਂਟ ਤਾਂ ਕੀ ਮਤਲਬ, ਮੈਂ ਅੰਮ੍ਰਿਤਸਰ ਨਹੀਂ ਜਾ ਸਕਾਂਗੀ? ਕਹਿੰਦੇ ਨਹੀਂ, ਅਸੀਂ ਤੁਹਾਨੂੰ ਛੁੱਟੀ ਦਿਆਂਗੇ, ਅਸੀਂ ਤੁਹਾਨੂੰ ਤਨਖਾਹ ਦਿਆਂਗੇ। ਮੈਂ ਕਿਹਾ ਪੈਸੇ ਤਾਂ ਮੈਨੂੰ ਮਾਤਾ ਪਿਤਾ ਦਿੰਦੇ ਨੇ ਜਾਂ ਬਾਬਾ ਜੀ ਦਿੰਦੇ ਨੇ, ਪੈਸਿਆਂ ਨਾਲ ਮੈਨੂੰ ਕੋਈ ਫਰਕ ਨਹੀਂ। ਪਰ ਮੈਂ ਕਿਹਾ ਫਿਰ ਤੁਸੀਂ ਮੈਨੂੰ ਛੁੱਟੀ ਦਿਓਗੇ? ਜਦੋਂ ਮੈਂ ਆਪਣੇ ਬਾਬਾ ਜੀ ਕੋਲ ਜਾਣਾ ਹੈ ਮੈਂ ਤੁਹਾਨੂੰ ਪੁੱਛ ਕੇ ਜਾਵਾਂਗੀ। ਕਹਿੰਦੇ ਹਾਂ ਅਸੀਂ ਤੁਹਾਨੂੰ ਛੁੱਟੀ ਦਿਆਂਗੇ। ਮੈਂ ਕਿਹਾ ਨਹੀਂ ਜੀ, ਅੱਗੇ ਮਾਤਾ ਪਿਤਾ ਤੋਂ ਬੱਸੇ ਛੁੱਟੀ ਮੰਗੀ ਦੀ ਹੈ, ਹੁਣ ਮੈਂ ਤੁਹਾਨੂੰ ਛੁੱਟੀ ਮੰਗਾਂਗੀ, ਮੈਂ ਉਹ ਅਧੀਨਗੀ ਵਾਲੀ ਨੌਕਰੀ ਨਹੀਂ ਕਰਨੀ। ਅਰਥਾਤ ਉੱਥੇ ਮੇਰੀ ਮਸ਼ਹੂਰੀ ਹੋ ਗਈ ਔਰ ਉੱਥੋਂ ਮੇਰੇ ਸਤਸੰਗ ਦੀ ਸ਼ੁਰੂਆਤ ਹੋ ਗਈ। ਫਿਰ ਉਹਨਾਂ ਦਾ ਨਿਯਮ ਕੀ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਦੀ ਕਥਾ। ਕੌਨਫੀਡੈਂਸ ਅੰਦਰ ਇੰਨਾ ਸੀ, ਮੈਂ ਕਿਹਾ ਜੀ ਕਰ ਦਿਆਂਗੀ। ਬਿਨਾਂ ਪਹਿਲੇ ਪਤਾ ਹੋਇਆ ਮੈਂ ਜਾ ਕੇ ਜੋ ਸਾਹਮਣੇ ਵਾਕ ਆ ਜਾਣਾ ਉਸ ਦੀ ਕਥਾ ਕਰ ਦਿੱਤੀ ਸੀ। ਕਿੱਥੋਂ ਅੰਦਰੋਂ ਕਥਾ ਆਉਂਦੀ ਸੀ ਮੈਨੂੰ ਨਹੀਂ ਪਤਾ, ਪਰ ਮੈਂ ਉਸ ਦੀ ਕਥਾ ਕਰਦੀ ਸੀ। ਬੜੇ ਸ਼ਬਦ ਵੀ ਯਾਦ ਹੋਣੇ ਸ਼ੁਰੂ ਹੋਏ, ਸਭ ਕੁਛ ਕਰਦਿਆਂ ਕਰਾਂਦਿਆਂ ਫਿਰ ਬਾਬਾ ਜੀ ਨੇ ਆਖਿਆ ਕਿ ਤੇਰੀ ਮਸ਼ਹੂਰੀ ਵੀ ਹੋ ਗਈ, ਤੇਰੇ ਪ੍ਰਵਚਨਾਂ 'ਚ ਵੀ ਬਲ ਹੈ, ਇਸ ਦੇ ਨਾਲ ਨਾਲ ਤੂੰ ਜੀਵਨ ਨੂੰ ਸਾਧਣਾ। ਫਿਰ ਉਹਨਾਂ ਨੇ ਬਹੁਤ ਸਾਰੇ ਨਿਯਮ ਦੱਸੇ ਕਿ ਕਿਸ ਤਰ੍ਹਾਂ ਬੈਠ ਕੇ ਕਿੰਨੇ ਕਿੰਨੇ ਘੰਟੇ ਭਗਤੀ ਕਰਨੀ ਹੈ। ਇਸ ਦੌਰਾਨ ਜਦੋਂ ਆਪਣੇ ਬਾਬਾ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਸੰਗ ਸੁਣਦੇ ਸੀ, ਮੈਨੂੰ ਉਹ ਦਿਨ ਕਦੀ ਨਹੀਂ ਭੁੱਲਦਾ। ਅਸੀਂ ਦਿਨ ਵੇਲੇ ਉਹਨਾਂ ਦੇ ਚਰਨਾਂ ਵਿੱਚ ਸਤਸੰਗ ਵਿੱਚ ਬੈਠ ਕੇ ਸਤਸੰਗ ਸੁਣਨਾ ਔਰ ਜੋ ਵਿਧੀ ਦੱਸਦੇ ਰਾਤ ਨੂੰ ਆ ਕੇ ਸਮਾਧੀ ਲਗਾਉਣੀ। ਇੱਕ ਵਾਰ 3 ਦਿਨ ਤੇ ਰਾਤ ਸਮਾਧੀ ਲੱਗੀ, ਬੈਠੀ ਉੱਥੇ, ਪਤਾ ਹੀ ਨਹੀਂ ਕਿਹੜੇ ਵੇਲੇ ਸਵੇਰ ਹੋ ਗਈ, ਰਾਤ ਹੋ ਗਈ, ਲਿਵ ਜੁੜ ਗਈ। ਬਾਬਾ ਜੀ ਨੇ ਆਖਿਆ ਕਿ ਲਾਣਾ ਨਹੀਂ, ਖਵਾਉਣਾ ਪਿਆਣਾ ਨਹੀਂ, ਕੁਛ ਨਹੀਂ ਕਰਨਾ ਹੈ, ਬੈਠੀ ਬੈਠਣ ਦਿਓ। ਤੋ ਐਸਾ ਅੰਦਰ ਕਿਸ ਤਰ੍ਹਾਂ ਜੁੜਨਾ, ਜੋ ਵੀ ਵਿਧੀਆਂ ਦੱਸੀਆਂ, ਯੁਕਤੀਆਂ ਦੱਸੀਆਂ, ਉਹ ਸਾਰੀਆਂ ਸਾਨੂੰ ਬਾਬਾ ਜੀ ਨੇ ਅਰਥਾਤ ਸੰਤ ਪ੍ਰੀਤਮ ਹਰੀ ਜੀ ਨੇ ਦੱਸੀਆਂ। ਤਾਂ ਉਹਨਾਂ ਨੇ ਅੰਦਰ ਦੇ ਨਾਲ ਜੋੜਿਆ, ਲਿਵ ਜੁੜ ਜਾਂਦੀ ਸੀ, ਫਿਰ ਕੁਛ ਹੋਰ ਹੀ ਰੰਗ ਲੱਗਦਾ ਸੀ। ਤਾਂ ਉਹਨਾਂ ਦੇ ਸਤਸੰਗ ਵਿੱਚ ਬੈਠਿਆਂ ਬੈਠਿਆਂ ਸਵੇਰੇ ਚਲੇ ਜਾਣਾ, ਸਾਰਾ ਦਿਨ ਸੁਣਦੇ ਰਹਿਣਾ, ਇਸ ਤਰ੍ਹਾਂ ਬੀਤੀਆਂ, ਜੁੜਨ ਲੱਗੀਆਂ। ਫਿਰ ਉਹਨਾਂ ਨੇ ਆਖਿਆ ਕਿ ਹੁਣ ਤੂੰ ਕਥਾ ਵੀ ਕਰਦੀ ਹੈ, ਸਭ ਕੁਛ ਕਰਦੀ ਹੈ, ਹੁਣ ਅਸੀਂ ਤੈਨੂੰ ਕੁਛ ਨਿਯਮ ਦੱਸ ਦਿੰਦੇ ਨੇ। ਪਾਠਾਂ ਦੇ ਚਲੀਏ ਵੀ ਕਰਵਾਏ, ਸਮਾਧੀਆਂ ਵੀ ਲਗਾਈਆਂ, ਔਰ ਸਤਸੰਗ ਦੇ ਵਿੱਚ ਕਿਸ ਤਰ੍ਹਾਂ ਗਹਿਰੇ ਹੋਣਾ ਹੈ, ਸੁਣਨ ਲੱਗਿਆਂ ਕਿਸ ਤਰ੍ਹਾਂ ਗਹਿਰੇ ਹੋਣਾ, ਔਰ ਸੁਣਦਿਆਂ ਸੁਣਦਿਆਂ ਕਿਹੜੀਆਂ ਕਿਹੜੀਆਂ ਅਵਸਥਾਵਾਂ ਆਈਆਂ, ਉਹ ਕੁਛ ਅਲੌਕਿਕ ਅਵਸਥਾਵਾਂ ਸਨ। ਮਨ ਨੂੰ ਸਾਧਨ ਦੇ ਲਈ ਉਹਨਾਂ ਨੇ ਨਿਯਮ ਵੀ ਦੱਸੇ, ਜਿਨ੍ਹਾਂ ਦੇ ਵਿੱਚੋਂ ਜਪ ਤਪ ਦੇ ਨਿਯਮ ਦੇ ਨਾਲ ਨਾਲ ਕੁਛ ਕਿਸ ਤਰ੍ਹਾਂ ਮੌਨ ਰਹਿਣਾ ਹੈ, ਫਾਲਤੂ ਨਹੀਂ ਬੋਲਣਾ, ਇੰਦਰੀਏ ਸੰਯਮ ਕਿਸ ਤਰ੍ਹਾਂ ਕਰਨਾ ਹੈ, ਮਨ ਨੂੰ ਕਿਸ ਤਰ੍ਹਾਂ ਸਾਧਣਾ, ਇਹ ਯੁਕਤੀਆਂ ਦੱਸੀ। ਜੋ ਉਹ ਯੁਕਤੀ ਦੱਸਦੇ ਸਨ ਉਹ ਨਿਯਮ ਸਾਰੇ ਮੈਂ ਅਪਣਾਉਂਦੀ ਰਹੀ। ਸਾਰਾ ਕੁਛ ਛੋੜ ਕੇ ਉਹਨਾਂ ਦੇ ਚਰਨਾਂ ਵਿੱਚ ਜਾਣ ਦਾ ਸੌਭਾਗਿਆ ਮਿਲ ਗਿਆ। ਉਹ ਮੇਰੀ ਲਾਟਰੀ ਨਿਕਲ ਆਈ। ਕਿਸ ਤਰ੍ਹਾਂ? ਗੁਰੂ ਜੀ ਦੇ ਸਰੀਰਕ ਪਿਤਾ ਜੀ, ਉਹਨਾਂ ਦਾ ਸਰੀਰ ਸਭ ਦੁਨੀਆਂ ਤੋਂ ਸਭ ਨੇ ਜਾਣਾ ਹੈ। ਜਦੋਂ ਸਰੀਰ ਸ਼ਾਂਤ ਹੋ ਗਿਆ ਤਾਂ ਉਹਨਾਂ ਦੇ ਮਾਤਾ ਜੀ, ਕਿਉਂਕਿ ਮਾਤਾ ਪਿਤਾ ਜੀ ਦੇ ਮੇਰੇ ਵਿਦਿਆ ਦਾਤਾ ਮੇਰੇ ਬਾਬਾ ਜੀ ਅਕੇਲੇ ਇੱਕੋ ਇੱਕ ਪੁੱਤਰ ਸਨ।
ਤਾਂ ਉਹ ਤਾਂ ਪਹਿਲੇ ਹੀ ਘਰ ਬਾਰ ਛੋੜ ਕੇ ਕਦੀ ਜੰਗਲਾਂ 'ਚ ਚਲੇ ਗਏ, ਨਿਰਆਸਕਤ ਹੋ ਕੇ ਵਿਚਰਨ ਕਰਦੇ ਸੀ। ਤਾਂ ਹੁਣ ਸਵਾਲ ਆਇਆ ਮਾਤਾ ਜੀ ਦੇ, ਮੇਰੇ ਬਾਬਾ ਜੀ ਦੇ ਮਾਤਾ ਜੀ ਹੁਣ ਇਕੱਲੇ ਰਹਿ ਗਏ। ਤਾਂ ਐਸੀ ਵਿਉਂਤ ਬਣਾਈ ਗਈ, ਮੇਰੇ ਮਾਤਾ ਜੀ ਨੂੰ ਪੁੱਛਿਆ ਗਿਆ। ਮਾਤਾ ਜੀ ਕਹਿੰਦੇ ਕਿ ਮੇਰਾ ਸਾਰਾ ਪਰਿਵਾਰ ਇਸ ਗੁਰੂ ਘਰ ਲਈ ਜਾਂ ਇੱਥੋਂ ਲਈ ਸਮਰਪਿਤ ਹੈ। ਮਾਤਾ ਜੀ ਔਰ ਪਿਤਾ ਜੀ ਦੋਨੋਂ ਸਰਕਾਰੀ ਜੋਬ ਤੇ ਸੀ, ਤੇ ਉਹ ਕਹਿੰਦੇ ਸਾਨੂੰ ਕੋ ਅਸੀਂ ਹਾਜ਼ਰ ਹੁੰਦੇ ਹਾਂ, ਪਰ ਉੱਥੇ ਜੋ ਮੈਂ ਸੇਵਾ ਕੀਤੀ ਮੈਂ ਨਹੀਂ ਕੀਤੀ, ਮੇਰੇ ਕੋਲੋਂ ਬਾਬਾ ਜੀ ਨੇ ਕਰਵਾ ਲਈ। ਉਸ ਤੋਂ ਸਾਰੇ ਪ੍ਰਸੰਨ ਸੀ। ਮਾਤਾ ਜੀ ਗੁਰੂ ਜੀ ਦੇ ਮਾਤਾ ਜੀ ਮਾਤਾ ਜਮਨਾ ਦੇਵੀ ਜੀ ਔਰ ਗੁਰੂ ਜੀ ਦੇ ਪਿਤਾ ਜੀ ਸਰਦਾਰ ਨੱਥਾ ਸਿੰਘ ਜੀ। ਤਾਂ ਮਾਤਾ ਜਮਨਾ ਦੇਵੀ ਜੀ ਨੇ ਕਿਹਾ ਕਿ ਇਸ ਬੱਚੀ 'ਤੇ ਮੇਰਾ ਮਨ ਹੈ, ਜੇ ਇਹ ਮੇਰੇ ਕੋਲ ਰਵੇ। ਮਾਤਾ ਪਿਤਾ ਜੀ ਨੇ ਸਹਰਸ਼ ਆਗਿਆ ਪ੍ਰਦਾਨ ਕੀਤੀ, ਸਵੀਕ੍ਰਿਤੀ ਦਿੱਤੀ ਕਿ ਹਾਂ ਇਹ ਇੱਥੇ ਰਹਿ ਸਕਦੀ ਹੈ। ਤਾਂ ਉੱਥੇ ਮੈਂ ਉਹਨਾਂ ਦੇ ਚਰਨਾਂ ਵਿੱਚ ਰਹੀ ਜਿੰਨੀ ਦੇਰ ਉਹਨਾਂ ਦਾ ਸਰੀਰ ਆ, ਫਿਰ ਉਸ ਤੋਂ ਬਾਅਦ ਮੈਂ ਉੱਥੇ ਹੀ ਰਹੀ, ਮੈਂ ਵਾਪਸ ਘਰ ਨਹੀਂ ਗਈ। ਇਸ ਤੋਂ ਪਿੱਛੇ ਇੱਕ ਛੋਟੀ ਜਿਹੀ ਘਟਨਾ ਹੋਰ ਦੱਸ ਦੇਵਾਂ। ਇੱਕ ਵਾਰ ਬਾਬਾ ਜੀ ਸਾਡੇ ਘਰ ਅਕਸਰ ਆਇਆ ਜਾਇਆ ਕਰਦੇ ਸਨ। ਤਨੋ ਮਨੋ ਜੋ ਗਰੀਬੀ ਦੇ ਵਿੱਚ ਜਾਂ ਜੋ ਛੋਟੀ ਜਿਹੀ ਆਮਦਨ ਦੇ ਵਿੱਚ ਸੇਵਾ ਬਣਦੀ ਸੀ, ਬਾਬਾ ਜੀ ਦਾ ਸੁਭਾਅ ਵੀ ਬੜਾ ਸਰਲ ਸ਼ਾਂਤ ਸਹਿਜ ਸੀ। ਕਦੀ ਨਖਰਾ ਨਹੀਂ, ਕਦੀ ਕੁਛ ਉਹ ਨਹੀਂ ਸੀ, ਅਮੀਰੀ ਨਹੀਂ ਸਨ ਦੇਖਦੇ। ਤਾਂ ਉਹਨਾਂ ਨੇ ਸਾਦਾ ਭੋਜਨ ਸਵੀਕਾਰ ਕਰਨਾ, ਸਾਡੇ ਘਰ ਵਿੱਚ ਆ ਕੇ ਰਹਿਣਾ। ਔਰ ਮੇਰੇ ਸਰੀਰਕ ਪਿਤਾ ਜੀ ਦਾ ਵੀ ਬਾਬਾ ਜੀ ਨਾਲ ਬਹੁਤ ਪਿਆਰ ਸੀ। ਤਾਂ ਇੱਕ ਦਿਨ ਸਰੀਰਕ ਪਿਤਾ ਜੀ ਨੂੰ ਸੰਗਤਾਂ ਆਈਆਂ ਹੋਈਆਂ ਸਨ। ਤਾਂ ਉਹਨਾਂ ਸੰਗਤਾਂ ਵਿੱਚੋਂ ਕਿਸੇ ਨੇ ਕਿਹਾ ਵੀ ਬੇਟਾ ਇਹ ਮੰਜੇ ਦੀ ਦੋਣ ਕੱਸ ਦੇ। ਤਾਂ ਪਿਤਾ ਜੀ ਨੇ ਆਖਿਆ ਠੀਕ ਹੈ ਮਾਤਾ ਜੀ, ਉਹਨਾਂ ਨੂੰ ਮਾਤਾ ਜੀ ਕਹਿੰਦੇ ਸੀ ਜਿਹੜੇ ਕੋਲ ਉਹਨਾਂ ਦੇ ਉਸ ਵੇਲੇ ਸਨ। ਕਹਿੰਦੇ ਠੀਕ ਹੈ ਮੈਂ ਨਾ ਸਵੇਰੇ ਕੱਸ ਦਿਆਂਗਾ। ਉਹ ਕਹਿੰਦੇ ਬੇਟਾ ਸੋਣਾ ਰਾਤ ਨੂੰ ਹੈ, ਬਾਬਾ ਜੀ ਨੇ ਸਵੇਰੇ ਕੱਸ ਦਿਆਂਗਾ। ਉਹ ਕਹਿੰਦੇ ਰਾਤ ਨੂੰ ਅਗਰ ਅਸੀਂ ਦੋਣ ਕੱਸਾਂਗੇ ਨਾ ਤੇ ਕੁੜੀਆਂ ਪੈਦਾ ਹੁੰਦੀਆਂ ਤੇ ਵਿਆਹਣੀਆਂ ਬੜੀਆਂ ਔਖੀਆਂ ਹੁੰਦੀਆਂ। ਬਾਬਾ ਜੀ ਆਖਦੇ ਨੇ ਜੇ ਤੈਨੂੰ ਕਾਕਾ ਕੁੜੀਆਂ ਵਿਆਹਣੀਆਂ ਔਖੀਆਂ ਲੱਗਦੇ ਤੇ ਤੂੰ ਸਾਡੇ ਝੋਲੀ ਪਾ ਦੇ। ਉਹ ਸਹਿਜ ਸਵਾਏ ਕਿਆ ਹੋਇਆ ਵਚਨ, ਪਿਤਾ ਜੀ ਨੇ ਆਖਿਆ ਬਾਬਾ ਜੀ ਅੱਜ ਵੀ ਇਹ ਤੁਹਾਡੀਆਂ ਹੀ ਨੇ। ਤਾਂ ਉਹ ਵਚਨ ਪੂਰਾ ਹੋਇਆ, ਅਸੀਂ ਬਾਬਾ ਜੀ ਦੇ ਚਰਨਾਂ ਵਿੱਚ ਰਹੇ ਔਰ ਉਹਨਾਂ ਨੇ ਅੱਜ ਜੋ ਵੀ ਵਿਆਹਣੀਆਂ ਔਖੀਆਂ ਹੁੰਦੀਆਂ ਨੇ ਤਾਂ ਉਹ ਵਿਆਹ ਤੋਂ ਬਿਨਾਂ ਉਸ ਪਰਮਾਤਮਾ ਦੇ ਰਾਮ ਰਾਏ ਸੇ ਅਦੁੱਲੋ ਪਾਇਓ ਅਸਮਟ ਪਾਲ ਕਮਾ। ਕੀ ਬਾਤ ਹੈ, ਵਾਹਿਗੁਰੂ। ਤਾਂ ਉਹ ਇਸ ਦੇ ਧਾਰਨੀ ਹੋਣ ਦਾ ਸੋ ਅਵਸਰ ਸਾਨੂੰ ਮਿਲਿਆ। ਆਪ ਜੀ ਨੇ PhD ਵੀ ਕੀਤੀ, ਉਹਦੇ ਬਾਰੇ ਵੀ। ਫਿਰ ਇਸ ਕੁਝ ਸਮਾਂ ਮੈਂ ਜੋ ਸਾਧਨਾ ਉਹਨਾਂ ਨੇ ਦੱਸੀਆਂ ਇਸ ਤੋਂ ਅੱਗੋਂ, ਕਿਉਂਕਿ ਪੜ੍ਹਾਈ ਵਿੱਚ ਮੇਰੇ ਬ੍ਰੇਕ ਆਈ ਸੀ, ਤਾਂ ਮੈਂ ਮਨ ਵਿੱਚ ਇੱਕ ਕੁਤੂਹਲ ਉੱਠਦਾ ਸੀ ਕਿ ਮਾਤਾ ਪਿਤਾ ਜੀ ਦੁਆਰਾ ਉਹ ਜੋ ਰਕਤ ਮਿਲਿਆ ਉਹ ਪੜ੍ਹਾਈ ਵਾਲਾ ਰਕਤ ਸੀ। ਮਾਤਾ ਜੀ ਟੀਚਰ ਰਹੇ ਨੇ, ਅੱਛੇ ਪੜ੍ਹੇ ਲਿਖੇ ਹੋਏ ਨੇ ਔਰ ਉਹਨਾਂ ਦੀ ਉਹ ਕੀ ਹੁੰਦੀ ਹੈ, ਸਿਹਰਾ ਹੁੰਦਾ ਲੜਕੇ ਦਾ ਤੇ ਸਿੱਖਿਆ ਹੁੰਦੀ ਲੜਕੀ ਦੀ। ਵਿਆਹ ਵੇਲੇ ਜੋ ਸਿੱਖਿਆ ਪੜ੍ਹੀ ਗਈ ਉਹ ਅਸੀਂ ਪੜ੍ਹੀ ਸੀ, ਉਹਦੇ ਵਿੱਚ ਲਿਖਿਆ ਸੀ ਵਿਦਿਆ ਪੜ੍ਹਨ ਲਈ ਹੈ ਹੁਸ਼ਿਆਰ ਬੱਚੀ। ਤਾਂ ਮਾਤਾ ਜੀ ਜਿਸ ਸਕੂਲ ਵਿੱਚ ਪੜ੍ਹੇ ਸੀ ਉਸ ਸਕੂਲ 'ਚ ਸਭ ਤੋਂ ਪਹਿਲੇ ਟੀਚਰ ਲੱਗੇ ਸੀ। ਤਾਂ ਵਿਦਿਆ ਦੇ ਸੰਸਕਾਰ ਜੀਨ ਦੇ ਵਿੱਚ ਆ ਕੇ ਮੇਰੇ ਅੰਦਰ ਕੁਤੂਹਲ ਪੈਦਾ ਕਰਦੇ ਸੀ ਕਿ ਮੇਰੇ ਨਾਮ ਦੇ ਨਾਲ ਬੜੀਆਂ ਸਾਰੀਆਂ ਡਿਗਰੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ, ਮੈਂ ਬਹੁਤ ਪੜ੍ਹੀ ਲਿਖੀ, ਸੰਸਾਰਿਕ ਪੜ੍ਹਾਈ ਵੀ ਮੇਰੇ ਕੋਲ ਹੋਣੀ ਚਾਹੀਦੀ ਹੈ। ਤਾਂ ਬਾਬਾ ਜੀ ਨੇ ਆਖਿਆ ਇਹ ਸਾਧਨਾ ਕਰ, ਤੇਰੀ ਉਹ ਵੀ ਖਾਹਿਸ਼ ਪੂਰੀ ਹੋਏਗੀ। ਕਰਦਿਆਂ ਹੋਇਆ ਫਿਰ ਬਾਬਾ ਜੀ ਨੇ ਐਸਾ ਇੰਤਜ਼ਾਮ ਕਰਕੇ ਦਿੱਤਾ ਉਹਨਾਂ ਦੀਆਂ ਕੁਛ ਸਿੱਖਿਆਵਾਂ ਕਿ ਤੁਸੀਂ ਪ੍ਰਚਾਰ ਕਰਨ ਜਾਣਾ ਹੈ ਪਰ ਪੈਸਾ ਨਹੀਂ ਵੇਖਣਾ। ਪਹਿਲੇ ਇਹ ਵੀ ਨਿਯਮ ਸੀ ਕਿ ਪ੍ਰਚਾਰ ਕਰਕੇ ਆਓ ਪਰ ਪੈਸਾ ਘਰ ਲੈ ਕੇ ਨਾ ਆਓ, ਜਿੱਥੇ ਜੋ ਮਿਲਿਆ ਉੱਥੇ ਗੁਰੂ ਘਰ ਵਿੱਚ ਚੜਾ ਦਿਓ। ਤਾਂ ਉਹ ਵੀ ਆਪਣਾ ਘਰ ਹੈ, ਖਰਚਾ ਸਾਡਾ ਤੇ ਨਿਸ਼ਕਾਮਤਾ ਨਾਲ ਪ੍ਰਚਾਰ ਕਰਨਾ, ਪੈਸਾ ਲੈਣਾ ਨਹੀਂ। ਨਿਯਮ ਬੜੇ ਸਾਲ ਉਹ ਵੀ ਨਿਭਾਇਆ, ਕਿਵੇਂ ਲੈਣਾ ਸ਼ੁਰੂ ਕੀਤਾ ਉਹ ਇੱਕ ਘਟਨਾ ਸੀ। ਅੱਜ ਵੀ ਉਹਨਾਂ ਦੀ ਸਿੱਖਿਆ ਤੇ ਅਸੀਂ ਅਮਲ ਕਰ ਰਹੇ ਹਾਂ ਕਿ ਕਦੀ ਕਿਧਰੋਂ ਡਿਮਾਂਡ ਨਹੀਂ ਰੱਖੀ ਤੇ ਪਰਮਾਤਮਾ ਨੇ ਕਦੀ ਕਮੀ ਛੱਡੀ ਨਹੀਂ। ਸੋ ਅੱਛਾ ਕੰਮ ਚੱਲ ਰਿਹਾ, ਪੈਸੇ ਵੱਲੋਂ ਕਦੀ ਕੋਈ ਕਮੀ ਨਹੀਂ ਆਈ, ਪਰ ਅੱਜ ਵੀ ਅਸੀਂ ਨਿਸ਼ਕਾਮ ਭਾਵਨਾ ਨਾਲ ਬਿਨਾਂ ਡਿਮਾਂਡ ਦੇ ਇਸ ਪ੍ਰਚਾਰ ਨੂੰ ਉਹਨਾਂ ਦੀ ਦਿੱਤੀ ਦਾਤ ਨੂੰ ਅਸੀਂ ਵੰਡਣ ਦਾ ਯਤਨ ਕਰ ਰਹੇ ਹਾਂ। PhD ਦੇ ਬਾਰੇ ਆਪ ਜੀ ਕਿਰਪਾ ਕਰੋ। ਤਾਂ ਉਸ ਦੌਰਾਨ ਜਦੋਂ ਮੇਰੇ ਦਿਲ 'ਚ ਆਉਂਦਾ ਸੀ ਕਿ ਮੈਂ ਪੜ੍ਹਾਂ, ਪਹਿਲੇ ਇਹਨਾਂ ਨੇ ਸੰਗੀਤ ਵਿੱਦਿਆ ਦੀਆਂ
ਜੀ ਜੀ 7 ਸਾਲ ਦੀਆਂ ਡਿਗਰੀਆਂ ਕੀਤੀਆਂ ਜਿਸ ਨੂੰ ਵਿਸ਼ਾਰਦ ਤੇ ਪਾਸਕਰ ਕਹਿੰਦੇ 5ਵੇਂ ਸਾਲ ਚ ਵਿਸ਼ਾਰਦ ਤੇ ਫਿਰ ਪਾਸਕਰ ਤੇ ਉਹ 뮤직 ਦੀਆਂ ਡਿਗਰੀਆਂ ਤਬਲੇ ਦੀਆਂ ਡਿਗਰੀਆਂ ਇਹ ਕੀਤੀਆਂ ਤੇ ਇਹਦੇ ਦੌਰਾਨ ਸੋਚਿਆ ਇੱਕ ਵਾਰ ਹਰਿਦੁਆਰ ਗਏ ਕਿ ਸੰਸਕ੍ਰਿਤ ਵੀ ਪੜ੍ਹਨੀ ਚਾਹੀਦੀ ਹੈ ਬਚਪਨ ਚ ਇੱਕ ਵਾਰੀ ਬਾਬਾ ਜੀ ਨੇ ਕਿਹਾ ਸੀ ਕਿ ਸੱਚ ਦੀ ਵਿਦਿਆ ਜਾਣਨ ਲਈ ਸੰਸਕ੍ਰਿਤ ਦੀ ਵਿਦਿਆ ਦਾ ਹੋਣਾ ਜ਼ਰੂਰੀ ਔਰ ਉਸ ਨੂੰ 12 ਸਾਲ ਲੱਗਦੇ ਨੇ ਤਾਂ ਮੇਰੇ ਮਨ ਵਿੱਚ ਆਇਆ ਉਹ 12 ਸਾਲ ਮੈਂ ਲਾਵਾਂਗੀ ਮੈਂ ਪੜ੍ਹਾਂਗੀ ਤਾਂ ਇਸ ਤਰ੍ਹਾਂ ਸੰਸਕਾਰ ਔਰ ਗੁਰੂ ਗੋਬਿੰਦ ਸਿੰਘ ਜੀ ਨੇ 5 ਸ਼ਿਸ਼ਾਂ ਨੂੰ ਬਨਾਰਸ ਵਿਖੇ ਸੰਸਕ੍ਰਿਤ ਵਿਦਿਆ ਪੜ੍ਹਨ ਲਈ ਭੇਜਿਆ ਸੀ ਔਰ ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੇਖੀਏ ਤਾਂ ਵਿਦਵਾਨ ਆਖਦੇ ਨੇ 80% ਤੋਂ ਜ਼ਿਆਦਾ ਸ਼ਬਦ ਸੰਸਕ੍ਰਿਤ ਦੇ ਨੇ ਤਾਂ ਉਹ ਪਰੰਪਰਾ ਕਰਕੇ ਜਾਂ ਜਿਸ ਤਰੀਕੇ ਵੀ ਮੇਰਾ ਝੁਕਾਵ ਸੰਸਕ੍ਰਿਤ ਵੱਲ ਹੋਇਆ ਤਾਂ ਮੈਂ ਸੰਸਕ੍ਰਿਤ ਦੀ ਵਿਦਿਆ ਦੇ ਵਿੱਚ 2 ਸਾਲ ਪਹਿਲੇ ਪ੍ਰਾਪਤ ਸ਼ਾਸਤਰੀ ਕੀਤੀ ਜਿਸ ਨੂੰ ਅਸੀਂ +2 ਦਾ ਦਰਜਾ ਦੇ ਦਿੰਦੇ ਹਾਂ 3 ਸਾਲ ਸ਼ਾਸਤਰੀ ਕੀਤੀ ਇਹਦੇ ਵਿੱਚ ਮੈਨੂੰ ਗੋਲਡ ਮੈਡਲ ਵੀ ਮਿਲਿਆ ਇੱਕ ਪਾਸੇ ਮੈਂ ਸੰਗੀਤ ਦੇ ਵਿੱਚ ਬੜੀ ਪਰਾਕਾਸ਼ਠਾ ਤੇ ਜਾ ਰਹੀ ਸੀ ਮੈਂ ਸੰਗੀਤ ਦੀ ਵਿਦਿਆ ਲਈ ਪਹਿਲੇ ਪ੍ਰਾਚੀਨ ਕਲਾ ਕੇਂਦਰ ਕਲਾ ਦੇਵੀ ਤੋਂ ਮੈਂ ਇਹ ਸਿੱਖਿਆ ਲਈ ਬਾਬੂ ਜੀ ਤੋਂ ਕੁਲਕਰਨੀ ਬਾਬੂ ਕੁਲਕਰਨੀ ਤੋਂ ਮੈਂ ਤਬਲੇ ਦੀ ਵਿਦਿਆ ਅਧਿਐਨ ਕੀਤੀ ਔਰ ਇਸ ਤੋਂ ਬਾਅਦ ਫਿਰ ਬਹੁਤ ਸਾਰੀਆਂ ਸਾਧਨਾ ਕਰਨ ਦੇ ਬਾਅਦ ਮੇਰੇ ਮਨ ਵਿੱਚ ਸੀ ਕਿ ਕੋਈ ਆ ਕੇ ਆਸ਼ਰਮ ਵਿੱਚ ਸੰਗੀਤ ਦੀ ਸਿੱਖਿਆ ਦੇਵੇ ਤਾਂ ਮਾਸਟਰ ਪ੍ਰਤਾਪ ਚੰਦ ਜੀ ਨੇ ਆ ਕੇ ਸੰਗੀਤ ਦੇ ਵਿੱਚ ਬੜੀ ਮੁਹਾਰਤ ਹਾਸਲ ਕਰਾਈ ਛੋਟਾ ਖਿਆਲ ਵੱਡਾ ਖਿਆਲ ਸਭ 7 ਸਾਲ ਦੀ ਪ੍ਰੀਖਿਆ ਵੀ ਦਵਾਈ ਅੱਛੀ ਸੰਗੀਤ ਦੇ ਵਿੱਚ ਸਾਨੂੰ ਪ੍ਰਵੇਸ਼ ਦਿੱਤਾ ਉਹਨਾਂ ਦੀ ਖਾਹਿਸ਼ ਸੀ ਕਿ ਬੜੀ ਉੱਚੇ ਲੈਵਲ ਤੇ ਗਾਓ ਜੀ 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 ਤਾਂ ਇਹ ਇਸ ਦੇ ਨਾਲ ਹੀ ਕਿਉਂਕਿ ਇੱਧਰ ਸ਼ਾਸਤਰੀ ਦੇ ਵਿੱਚ ਮੇਰਾ ਗੋਲਡ ਮੈਡਲ ਆਉਣ ਕਰਕੇ ਮੇਰੀ ਪ੍ਰਵਿਰਤੀ ਇੱਧਰ ਹੋਈ ਤਾਂ ਸ਼ਾਸਤਰੀ 5 ਸਾਲਾਂ ਦੀ ਜਿਹੜੀ ਕੀਤੀ ਉਸ ਦੇ ਵਿੱਚ 4 ਸ਼ਾਸਤਰ ਵੇਦ ਉਪਨਿਸ਼ਦਾਂ ਇਹ ਧਾਰਮਿਕਤਾ ਦਾ ਸਾਰਾ ਗਿਆਨ ਵੀ ਆ ਗਿਆ ਔਰ BA ਦੇ ਲੈਵਲ ਦੀ ਡਿਗਰੀ ਵੀ ਬਣ ਗਈ ਉਸ ਤੋਂ ਬਾਅਦ ਕਿਉਂਕਿ ਇਹ ਸਾਰੇ ਸ਼ਾਸਤਰ ਪੜ੍ਹੇ ਔਰ ਮੇਰੇ ਅੰਦਰ ਗੁਰਸਿੱਖੀ ਘਰਾਣੇ ਦਾ ਖੂਬ ਔਰ ਬਚਪਨ ਤੋਂ ਲੋਰੀਆ ਮਾਤਾ ਪਿਤਾ ਜੀ ਬਚਪਨ ਤੋਂ ਭਾਈ ਵੀਰ ਸਿੰਘ ਜੀ ਦੀਆਂ ਕਥਾਵਾਂ ਸੁਣਾਉਂਦੇ ਉਹਨਾਂ ਦੀਆਂ ਕਵਿਤਾ ਕਰਦੇ ਗੁਰੂ ਸਾਹਿਬਾਂ ਦਾ ਜੀਵਨ ਕਿਤਾਬੀ ਪੜ੍ਹਾਈ ਤੋਂ ਇਲਾਵਾ ਲਿਆ ਕੇ ਦਿੰਦੇ ਕਿ ਤੁਸੀਂ ਪੜ੍ਹੋ ਲਾਇਬ੍ਰੇਰੀਆਂ ਤੋਂ ਕਿਤਾਬਾਂ ਲਿਆ ਕੇ ਦੇਣੀਆਂ ਤਾਂ ਉਹ ਸਿੱਖੀ ਦਾ ਜੋ ਖੂਨ ਸੀ ਉਸਨੇ ਪ੍ਰੇਰਿਤ ਕੀਤਾ ਗਿਆਨੀ ਕਰਕੇ ਔਰ ਇੱਧਰ ਸੀ ਆਚਾਰਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਆਚਾਰਿਆ ਦੀ ਡਿਗਰੀ 2 ਸਾਲ ਦੀ ਫਿਰ ਮੈਂ ਉੱਧਰ ਪ੍ਰਵਿਤ ਹੋਈ ਸ਼ਾਸਤਰੀ ਕਰਨ ਦੇ ਬਾਅਦ ਗਿਆਨੀ ਕੀਤੀ 6 ਮਹੀਨੇ ਦੇ ਬਾਅਦ ਉੱਥੇ ਪਟਿਆਲੇ 'ਚ ਹੁੰਦੀ ਸੀ 8 ਦਿਨ ਦੇ ਅੰਦਰ ਮੈਂ ਲੇਟ ਫੀਸ ਭਰੀ ਔਰ 8 ਦਿਨ ਦੇ ਵਿੱਚ ਮੈਂ ਕਿਤਾਬਾਂ ਵੀ ਖਰੀਦੀਆਂ ਔਰ ਉਹਦੀ ਗਿਆਨੀ ਦੀ ਪ੍ਰੀਖਿਆ ਪੜ੍ਹੀ 8 ਦਿਨ ਮੈਂ ਆਪ ਪੜ੍ਹੀ ਔਰ 15 ਦਿਨ ਪੇਪਰ ਇੱਕ ਪੇਪਰ ਇੱਕ ਛੁੱਟੀ ਇਹ 3 ਹਫ਼ਤੇ ਵਿੱਚ ਬਾਬਾ ਜੀ ਦੇ ਮੇਰੇ ਵਿਦਿਆ ਦਾਤਾ ਸੰਤ ਪ੍ਰੀਤਮ ਸਿੰਘ ਜੀ ਹਰੀ ਇਹਨਾਂ ਦੇ ਆਸ਼ੀਰਵਾਦ ਨਾਲ ਮੈਂ ਫਸਟ ਡਿਵੀਜ਼ਨ ਦੇ ਵਿੱਚ ਗਿਆਨੀ ਪਾਸ ਵਾਹਿਗੁਰੂ ਵਾਹਿਗੁਰੂ ਔਰ ਗਿਆਨੀ ਕਿਉਂਕਿ ਮੇਰੇ ਆਚਾਰਿਆ ਦੀ ਡਿਗਰੀ ਦੇ ਸ਼ਰਤ ਸੀ ਜ਼ਰੂਰੀ ਸੀ ਗਿਆਨੀ ਕਰਕੇ 6 ਮਹੀਨੇ ਦੇ ਬਾਅਦ ਲੇਟ ਫੀਸ ਦੇ ਕੇ ਮੈਂ ਆਚਾਰਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਆਚਾਰਿਆ ਦੇ ਫਸਟ ਈਅਰ ਦੇ ਪੇਪਰ ਵੀ 6 ਮਹੀਨੇ ਦੇ ਵਿੱਚ ਤਿਆਰੀ ਕਰਕੇ ਦਿੱਤੇ ਫਿਰ ਸੈਕਿੰਡ ਈਅਰ ਕੀਤੀ ਉਸ ਤੋਂ ਬਾਅਦ ਫਿਰ ਮੈਂ MA ਸੰਸਕ੍ਰਿਤ ਕੀਤੀ ਕਿਉਂਕਿ ਮੈਂ ਸ਼ਾਸਤਰੀ ਕੀਤੀ ਹੋਈ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਚਾਰਿਆ ਹੋਣ ਕਰਕੇ ਮੇਰੇ ਨਾਮ ਦੇ ਨਾਲ ਆਚਾਰਿਆ ਸਤਪ੍ਰੀਤ ਹਰੀ ਵੀ ਲੱਗਦਾ ਰਿਹਾ ਤੋ ਉਸ ਤੋਂ ਬਾਅਦ ਮੈਂ MA ਸੰਸਕ੍ਰਿਤ ਕੀਤੀ ਫਿਰ ਮੈਂ ਜਦੋਂ MA ਦੇ ਪੇਪਰ ਦੇ ਰਹੀ ਸੀ ਤਾਂ ਮੈਨੂੰ ਇੱਕ ਪ੍ਰੋਫੈਸਰ ਸਾਹਿਬ ਨੇ ਆਖਿਆ ਕਿ ਸਤਪ੍ਰੀਤ ਤੂੰ ਕਿਹੜੇ ਗੁਰੂ ਤੋਂ ਵਿਦਿਆ ਲਈ ਹੈ ਜਿਸ ਖਾਨਦਾਨ ਤੋਂ ਜਿਸ ਪਰੰਪਰਾ ਤੋਂ ਤੂੰ ਇਹ ਵਿਦਿਆ ਲਈ ਹੈ ਕੀ ਤੂੰ ਉਸ ਨੂੰ ਕੋਈ ਯੋਗਦਾਨ ਦਿੱਤਾ ਉਹਨਾਂ ਦੀ ਡਾਕਟਰ ਵਿਨੋਦ ਤਨੇਜਾ ਜੀ ਅੰਮ੍ਰਿਤਸਰ ਦੇ ਪ੍ਰੋਫੈਸਰ ਯੂਨੀਵਰਸਿਟੀ ਦੇ ਰਹੇ ਨੇ ਉਹਨਾਂ ਦੀ ਪ੍ਰੇਰਨਾ ਦੇ ਨਾਲ ਕਿ ਤੂੰ PhD ਕਰ ਤੇ ਆਪਣੇ ਨਿਰਮਲ ਸੰਪਰਦਾਏ ਜੋ ਤੇਰੇ ਵਿਦਿਆ ਦਾਤਾ ਸੰਤ ਪ੍ਰੀਤਮ ਸਿੰਘ ਜੀ ਹਰੀ ਜੀ ਦੀ ਹੈ ਉਹਨਾਂ ਦੀ ਪਰੰਪਰਾ ਨੂੰ ਤੂੰ ਇੱਕ ਯੋਗਦਾਨ ਦੇ ਤਾਂ ਉਸਨਾਂ ਦੀ ਪ੍ਰੇਰਨਾ ਦਾ ਸਦਕਾ ਮੈਂ ਦੂਰ ਦੁਰਾਡੇ ਜਾ ਕੇ ਕਿਤਾਬਾਂ ਇਕੱਠੀਆਂ ਕੀਤੀਆਂ ਸੰਸਕ੍ਰਿਤ ਵਿੱਚ ਮੈਂ PhD ਕੀਤੀ ਜਿਸ ਦਾ ਟਾਈਟਲ ਸੀ ਨਿਰਮਲ ਸੰਪਰਦਾਇ ਕਾ ਸੰਸਕ੍ਰਿਤ ਸਾਹਿਤ ਕੋ ਯੋਗਦਾਨ ਇਸ ਟਾਈਟਲ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤਾਂ ਮੈਂ ਇਹ PhD ਕੀਤੀ ਮੇਰੇ ਮੈਂ ਪਟਿਆਲੇ ਤੋਂ ਇਹ PhD ਕੀਤੀ
ਉਹਦੇ ਵਿੱਚ ਆਚਾਰੀਆ ਗੁਰੂ ਗ੍ਰੰਥ ਸਾਹਿਬ ਜੀ ਦੇ ਆਚਾਰਿਆ ਦੇ ਵਿੱਚ ਵੀ ਮੈਂ ਟੋਪਰ ਸੀ ਪਰ ਮੈਨੂੰ ਗੋਲਡ ਮੈਡਲ ਨਹੀਂ ਮਿਲਿਆ। ਕਹਿੰਦੇ ਸਾਡੀ ਪਰੰਪਰਾ ਨਹੀਂ ਕਿ ਅਸੀਂ ਇਸ ਡਿਗਰੀ ਨੂੰ ਗੋਲਡ ਮੈਡਲ ਨਹੀਂ ਦਿੱਤਾ ਹੋਇਆ। ਮੇਰੀ ਖਾਹਿਸ਼ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਆਚਾਰਿਆ ਦੀ ਡਿਗਰੀ ਕਰਦਾ ਉਹਨਾਂ ਨੂੰ ਮੈਡਲ ਮਿਲਣਾ ਚਾਹੀਦਾ ਹੈ, ਪਰ ਕਹਿੰਦੇ ਤੂੰ ਸਟਰਗਲ ਕਰੇਂਗੇ ਵੀ ਤੈਨੂੰ ਨਹੀਂ ਮਿਲੇਗਾ, ਛੱਡ ਦਿੱਤਾ। ਫਿਰ ਮੈਂ PhD ਕੀਤੀ ਡਾਕਟਰ ਇੰਦਰਮੋਹਨ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਜਿਨ੍ਹਾਂ ਦੇ ਅੰਡਰ ਮੈਂ PhD ਕੀਤੀ। ਬੜੇ ਪਿਆਰ ਨਾਲ ਸਮਝਾਉਂਦੇ ਚੈੱਕ ਕਰਦੇ ਸਾਰਾ ਉਹਨਾਂ ਨੇ ਗਾਈਡੈਂਸ ਕਰਕੇ ਮੇਰੀ ਉਹ PhD ਪਟਿਆਲਾ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੇਰੀ ਇਹ ਡਿਗਰੀ ਹੋਈ। ਉਸ ਤੋਂ ਬਾਅਦ ਜੋ ਮੇਰੇ ਵਿਦਿਆਦਾਤਾ ਜੀ ਗਿਆਨ ਸੁਣਾਉਂਦੇ ਸੀ ਦਾਤ ਸਾਰੀ ਉਹਨਾਂ ਦੀ ਇਹ ਡਿਗਰੀਆਂ ਇੱਕ ਨਿਮਿਤ ਨੇ ਜੋ ਉਹਨਾਂ ਨੇ ਆਸ਼ੀਰਵਾਦ ਦੇ ਦਿੱਤਾ। ਉਹ ਜੋ ਬੇਸਿਕ ਵਿੱਦਿਆ ਮੈਨੂੰ ਬਾਬਾ ਜੀ ਨੇ ਦਿੱਤੀ ਹੈ ਉਸ ਗਿਆਨ ਨੂੰ ਫਿਰ ਮੈਂ ਸੰਸਕ੍ਰਿਤ ਵਿੱਚ ਹਿੰਦੀ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ। ਬਾਬਾ ਜੀ ਤੋਂ ਮੈਂ ਆਸ਼ੀਰਵਾਦ ਲਿਆ ਸੀ, ਉਹ ਕਹਿੰਦੇ ਕਿ ਹੁਣ ਤੂੰ ਇਹ ਚੀਜ਼ਾਂ ਲਿਖਤੀ ਰੂਪ ਵਿੱਚ ਲਿਆਏਗੀ। ਔਰ ਸੱਚ ਵੀ ਇਹੀ ਹੈ, ਮੈਂ PhD ਕੀਤੀ ਵੀ ਤਾਂ ਸੀ ਕਿ ਮੇਰੀ ਲਿਖਤ ਵਿੱਚ ਇੱਕ ਦਮ ਆ ਸਕੇ, ਤਾਂ ਉਹ ਸਫਲ ਹੋਈ। ਤੇ ਉਸ ਦੇ ਉੱਤੇ ਜੀਵਨ ਦੇ ਵਿੱਚ ਅਗਰ ਕਦੀ ਚਾਂਸ ਮਿਲਿਆ DLED ਦਾ ਤਾਂ ਉਸ ਬ੍ਰਹਮ ਵਿਦਿਆ ਦੇ ਥੀਸਿਸ ਦੇ ਉੱਤੇ ਜਾਂ ਉਸ ਬ੍ਰਹਮ ਵਿਦਿਆ ਦੀ ਬੁੱਕ ਦੇ ਉੱਤੇ ਮੈਂ ਮੇਰੀ ਕੋਸ਼ਿਸ਼ ਹੈ ਮੈਂ DLED ਕਰਾਂਗੀ, ਪੂਰੀ ਕਰਨਾ ਨਾ ਕਰਨਾ। ਤੇ ਹੁਣ ਜਿਹੜੀ ਆਪ ਜੀ ਕਿਤਾਬ ਵੀ ਲਿਖ ਰਹੇ ਹੋ ਸੰਸਕ੍ਰਿਤ ਦੇ ਵਿੱਚ, ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਉਹਦੇ ਵਿੱਚ ਮੈਂ ਉਹ 7 ਚੈਪਟਰ ਲਿਖੇ ਨੇ, ਮੂਲ ਸੰਸਕ੍ਰਿਤ ਵਿੱਚ ਹੈ। ਉਸ ਦੇ ਵਿੱਚ ਫਿਰ ਉਹ ਗਿਆਨ ਨੂੰ ਅਰਜਿਤ ਕਰਕੇ ਟਾਈਪ ਕਰਕੇ ਸਾਰਾ ਸ਼ੁੱਧੀਕਰਨ ਕਰਕੇ ਕੀਤਾ। ਉਸ ਦੇ ਬਿਹਾਫ ਤੇ ਫਿਰ ਮੈਂ ਅੱਗੋਂ ਹੁਣ DLED ਕਰਾਂਗੀ, ਜਿਸ ਦੇ ਵਿੱਚ ਮਨ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ, ਇਹ ਸਾਧਨ ਹੈ। ਜੀਵਨ ਦਾ ਲਕਸ਼ ਕੀ ਹੈ, ਦੁੱਖਾਂ ਵਿੱਚ ਸੁਖੀ ਕਿਸ ਤਰ੍ਹਾਂ ਰਹਿਣਾ ਹੈ, ਪਰਮਾਤਮਾ ਨੂੰ ਕਿਸ ਤਰ੍ਹਾਂ ਮਿਲਣਾ ਹੈ, ਪਰਮਾਤਮਾ ਸਹਿਜ ਮਿਲਦਾ ਹੈ, ਉਹ ਸਾਰੀਆਂ ਯੁਕਤੀਆਂ ਤੇ ਉਹ ਇੱਕ ਵਿਸ਼ੇਸ਼ ਤਰਤੀਬ ਹੈ। ਸੱਚਮੁੱਚ ਸੱਚੇ ਦਿਲ ਨਾਲ ਕੋਈ ਵਿਧੀਵਤ ਉਸ ਨੂੰ ਪੜ੍ਹੇ ਤੇ ਉਸ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ। ਤੇ ਕਦੋਂ ਤੱਕ ਸਾਰੇ ਸੰਸਾਰ ਦੀ ਸੰਗਤ ਨੂੰ ਉਹ ਅਮੁੱਲ ਦਾਤ ਪ੍ਰਦਾਨ ਕਰੋਗੇ ਆਪ ਜੀ? ਮੈਂ ਸਾਰੇ ਸੰਸਾਰ ਦੇ ਵਿੱਚ ਜੋ ਮੇਰੇ ਵਿਦਿਆਦਾਤਾ ਜੀ ਨੇ ਮੈਨੂੰ ਗਿਆਨ ਦਿੱਤਾ ਹੈ, ਮੈਂ ਆਪਣਾ ਸਰੀਰਕ ਕੋਈ ਵੀ ਸੰਬੰਧ ਨਹੀਂ ਰੱਖਿਆ, ਮੈਂ ਸ਼ਾਦੀ ਨਹੀਂ ਕਰਾਈ, ਮੈਂ ਦੇਸ਼ ਵਿਦੇਸ਼ਾਂ ਦੇ ਵਿੱਚ ਜਾ ਕੇ TV ਚੈਨਲਾਂ ਦੇ ਮਾਧਿਅਮ ਦੇ ਨਾਲ, ਤੁਹਾਨੂੰ ਵੀ ਤਜਰਬਾ ਹੈ ਕਿ ਲਗਭਗ 8 ਘੰਟੇ ਲਗਾਤਾਰ ਬੋਲਣ ਦਾ ਮੇਰਾ ਅਭਿਆਸ ਰਿਹਾ ਹੈ, ਔਰ ਮੈਂ TV ਚੈਨਲ ਦੇ ਵਿੱਚ 8-9 ਘੰਟੇ ਲਗਾਤਾਰ ਇੱਕ ਚੌਂਕੜੀ ਤੇ ਬੈਠ ਕੇ ਸਤਸੰਗ ਬੋਲਦੀ ਰਹੀ ਹਾਂ, ਸੁਣਾਉਂਦੀ ਰਹੀ ਹਾਂ ਤਾਂ ਕਿ ਜਗਤ ਨੂੰ ਫਾਇਦਾ ਹੋਵੇ। ਪੁਸਤਕ ਕਦੋਂ ਤੱਕ ਇਹ ਪਹਿਲੇ DLED ਕਰਾਂਗੀ ਜੀ 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 ਲੋਕਾਂ ਦੇ ਹੱਥ ਵਿੱਚ, ਕਿਉਂਕਿ ਇੱਕ ਅਣਮੁੱਲਾ ਗਿਆਨ ਹੈ ਜੀ ਜੀ ਜੀ, ਉਸ ਨੂੰ DLED ਦੇ ਰਸਤੇ ਰਜਿਸਟਰਡ ਹੋ ਜਾਏਗਾ, ਫਿਰ ਉਹਦੀਆਂ ਬੁੱਕਸ ਛਾਪ ਕੇ ਉਸਦੀ ਹਿੰਦੀ ਕੋਸ਼ਿਸ਼ ਕਰਾਂਗੀ, ਪੰਜਾਬੀ ਔਰ ਇੰਗਲਿਸ਼ ਵਿੱਚ ਵੀ ਉਸਦਾ ਅਨੁਵਾਦ ਹੋ ਜਾਏ। ਸੱਚਮੁੱਚ ਉਹ ਵਿੱਦਿਆ ਇੱਕ ਅਣਮੁੱਲੀ ਵਿੱਦਿਆ ਹੈ। ਸਵਾਮੀ ਜੀ, ਆਪ ਜੀ ਦੀ ਵਿੱਦਿਆ